ਪਿਛਲੇ ਦਿਨਾਂ ਦੇ ਵਿੱਚ ਅਸੀਂ ਜੋ ਪ੍ਰਭੂ ਵਚਨ ਦੇ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਦੇ ਪਏ ਹਾਂ ਉਹ ਇਹ ਸਿੱਖਦੇ ਪਏ ਹਾਂ ਕਿ ਅਸੀਂ ਜਿਸ ਪ੍ਰਭੂ ਯਸੂ ਦੇ ਕੋਲ ਆਏ ਹਾਂ ਜਿਸ ਪ੍ਰਭੂ ਯਸੂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਆ ਜਿਸ ਪ੍ਰਭੂ ਯਸੂ ਨੂੰ ਸਾਡੇ ਭਰਾ ਨੇ ਸਾਡੀ ਭੈਣ ਨੇ ਪਿਛਲੇ ਹਫ਼ਤੇ ਕਿਹਾ ਹੈ ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਆ ਔਰ ਮੇਰੀ ਜ਼ਿੰਦਗੀ ਦੇ ਵਿੱਚ ਰਹਿ ਔਰ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰ ਉਹ ਯਸੂ ਕੌਣ ਆ ਹੁਣ ਅਸੀਂ ਕੌਣ ਆ ਹੁਣ ਸਾਡੇ ਅੰਦਰ ਜਿਹੜਾ ਯਿਸੂ ਰਹਿੰਦਾ ਪਿਆ ਉਹ ਉਹ ਕੀ ਕੰਮ ਸਾਡੇ ਅੰਦਰ ਕਰਨਾ ਮੰਗਦਾ ਕੀ ਸਾਡੇ ਅੰਦਰ ਨਵਾਂ ਪਾਨਾ ਜੋ ਪਹਿਲਾਂ ਨਹੀਂ ਸੀ ਕੀ ਕੋਸ਼ ਅੱਜ ਸਾਡੇ ਕੋਲ ਆ ਜੋ ਪਹਿਲਾਂ ਨਹੀਂ ਸੀ ਅਸੀਂ ਪਿਛਲਿਆਂ ਦਿਨਾਂ ਦੇ ਵਿੱਚ ਦੇਖਿਆ ਕਿ ਜਦ ਅਸੀਂ ਪ੍ਰਭੂ ਯਿਸੂ ਨੂੰ ਕਬੂਲ ਕੀਤਾ ਤਾਂ ਅਸੀਂ ਪਰਮੇਸ਼ਵਰ ਦੀ ਸੰਤਾਨ ਬਣ ਗਏ ਅਸੀਂ ਪ੍ਰਭੂ ਦੇ ਪਰਮੇਸ਼ਰ ਦੇ ਭਗਤ ਨਹੀਂ ਹੁਣ ਅਸੀਂ ਕਿਸੇ ਬਾਬੇ ਦੇ ਦਾਸ ਨਹੀਂ ਹੁਣ ਸਾਡਾ ਕੋਈ ਹੁਣ ਦਰਮਿਆਨੀ ਇਸ ਦੁਨੀਆ ਦੇ ਵਿੱਚ ਬਾਬਾ ਬਣ ਕੇ ਨਹੀਂ ਬੈਠਾ ਜਿਸ ਤਰ੍ਹਾਂ ਕਿ ਮੈਂ ਆਪਣੇ ਭੈਣ ਔਰ ਭਰਾ ਨੂੰ ਪਿਛਲੇ ਹਫਤੇ ਦੱਸਿਆ ਕਿ ਮੈਂ ਤੁਹਾਡਾ ਬਾਬਾ ਨਹੀਂ ਮੈਂ ਤੁਹਾਡਾ ਭਰਾ ਆ ਮੈਂ ਤੁਹਾਡਾ ਭਰਾ ਆ ਔਰ ਤੁਹਾਡੇ ਵਰਗਾ ਆ ਮਸੀਹਤ ਦੇ ਵਿੱਚ ਕੋਈ ਬਾਬਾ ਨਹੀਂ। ਅਗਰ ਕੋਈ ਤੁਹਾਨੂੰ ਕਿਸੇ ਸਪੈਸ਼ਲ ਪਾਦਰੀ ਕੋਲ ਸਪੈਸ਼ਲ ਮਸੀਹੀ ਦੇ ਕੋਲ ਕੋਈ ਲੈ ਕੇ ਜਾਣਾ ਮੰਗਦਾ ਮਤ ਜਾਓ। ਮਸੀਹ ਦੇ ਵਿੱਚ ਐਦਾਂ ਦਾ ਕੋਈ ਨਹੀਂ। ਮਸੀਹ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਤਾਕਤ ਆ ਪ੍ਰਭੂ ਦੇ ਵਚਨ ਦੇ ਅਨੁਸਾਰ ਸੰਗਤ ਨੂੰ ਦਿੱਤੀ ਗਈ। ਜਿਸ ਵੇਲੇ ਸੇ ਕਰਕੇ ਜਦ ਵੀ ਅਸੀਂ ਦੁਆ ਕਰਦੇ ਆ ਅਸੀਂ ਉਸੇ ਵੇਲੇ ਸੰਗਤ ਨੂੰ ਇਕੱਠਾ ਕਰਦੇ ਆ ਕਿਉਂਕਿ ਸੰਗਤ ਦੇ ਵਿੱਚ ਤਾਕਤ ਹੈ ਮਸੀਹ ਦੇ ਵਿੱਚ ਸੰਗਤ ਦੇ ਕੋਲ ਕਿਉਂਕਿ ਸੰਗਤ ਮਸੀਹ ਦਾ ਸ਼ਰੀਰ ਆ ਔਰ ਮਸੀਹ ਸੰਗਤ ਦਾ ਸਿਰ ਆ ਇਹ ਸੰਗਤ ਆ ਪ੍ਰਭੂ ਦੀ ਸੋ ਇਸ ਸੰਗਤ ਦੇ ਵਿੱਚ ਸਾਡਾ ਯਿਸੂ ਵਾਸ ਕਰਦਾ ਜਦ ਅਸੀਂ ਯਿਸੂ ਸੰਗਤ ਚ ਇਕੱਠੇ ਹੁੰਨੇ ਆਂ ਔਰ ਸੰਗਤ ਇਕੱਠੀ ਹੁੰਦੀ ਆ ਔਰ ਦੁਆ ਕਰਦੀ ਆ ਤੇ ਉਹਦੇ ਵਿੱਚ ਪ੍ਰਭੂ ਦੀ ਬਰਕਤ ਹੁੰਦੀ ਆ ਅਸੀਂ ਪ੍ਰਭੂ ਦੇ ਬਚਨ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਿੱਖੀਆਂ ਜਿਹੜੀ ਅਸੀਂ ਪ੍ਰਭੂ ਦੇ ਬਚਨ ਦੇ ਵਿੱਚੋਂ ਉਸ ਤੋਂ ਬਾਅਦ ਅਸੀਂ ਚੀਜ਼ ਸਿੱਖੀ ਕਿ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਤੋਂ ਅਸੀਂ ਛੁਟਕਾਰਾ ਪਾਉਣਾ ਅਗਰ ਤੁਸੀਂ ਪਿਛਲਿਆਂ ਹਫ਼ਤਿਆਂ ਦਾ ਸਾਡੀ ਵੈਬਸਾਈਟ ਦੇ ਵਿੱਚ ਜਾ ਕੇ ਦੇਖੋਗੇ ਤਾਂ ਉਹਦੇ ਵਿੱਚ ਦੱਸਿਆ ਕਿ ਸਾਨੂੰ ਜਿਹੜੀਆਂ ਅਸੀਂ ਉਹ ਪੂਜਾ ਪਾਠ ਜਿਹੜੇ ਅਸੀਂ ਅਸੀਂ ਜਿਹੜੀਆਂ ਯਾਤਰਾਵਾਂ ਇਹ ਨਾ ਛੂ ਆ ਨਾ ਖਾ ਉਹ ਨਾ ਕਰ ਇਹਨਾਂ ਚੀਜ਼ਾਂ ਤੋਂ ਹੁਣ ਸਾਡਾ ਕੰਪਲੀਟਲੀ ਛਟਕਾਰਾ ਆ ਜੇ ਬਿੱਲੀ ਵਿਚਾਰੀ ਤੁਹਾਡੇ ਰੋਡ ਦੇ ਅੱਗੇ ਉਹਦੀ ਤੁਹਾਡੇ ਅੱਗੇ ਲੰਘਣਾ ਮੰਗਦੀ ਉਹਨੂੰ ਨੰਗ ਲੈਣ ਦਿਓ ਉਦੋਂ ਉਤੋਂ ਦੀ ਕਾਰਨਾ ਨਾਗਾਓ ਸਾਡਾ ਕੁਛ ਨਹੀਂ ਬਗਾੜਨਾ ਉਸ ਬਿੱਲੀ ਨੇ ਹੁਣ ਜੇ ਕਾਂ ਦਰਵਾਜੇ ਤੇ ਬੋਲਦਾ ਉਹਨੂੰ ਬੋਲ ਲੈਣ ਦਿਓ ਉਹਨੇ ਕੁਛ ਨਹੀਂ ਕਰਨਾ ਹੁਣ ਸਾਨੂੰ ਉਹ ਜਿਹੜੇ ਵਹਿਮ ਪਰਮ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਜਾਣਦੀਆਂ ਰਹੀਆਂ ਅਸੀਂ ਆਪਣੇ ਆਤਮਾ ਦੀਆਂ ਇੱਕ ਬਹੁਤ ਵੱਡਾ ਹਿੱਸਾ ਉਹਨਾਂ ਚੀਜ਼ਾਂ ਦੇ ਨਾਲ ਭਰਿਆ ਸੀ ਜਿਸ ਲਈ ਸਾਡੇ ਨਾਲ ਕੋਈ ਦੁਨਿਆਵੀ ਗੱਲ ਕਰਦਾ ਤੇ ਅਸੀਂ ਫਟਾਫਟ ਪੜ੍ਹਾਈ ਦੀਆਂ ਗੱਲਾਂ ਕਰਦੇ ਸੀ ਅਸੀਂ ਫਟਾਫਟ ਕੰਮ ਦੀਆਂ ਗੱਲਾਂ ਕਰਦੇ ਸੀ ਅਸੀਂ ਫਟਾਫਟ ਇਹ ਦੱਸਦੇ ਸੀਗੇ ਕਿ ਕਿ ਇਸ ਬੰਦੇ ਨੂੰ ਇਹਦੇ ਬਾਪ ਨੇ ਕੀ ਕੁਝ ਦਿੱਤਾ ਇਹਨੇ ਕੀ ਕੁਝ ਕਮਾਇਆ ਇਹਨੇ ਕਿੰਨੀਆਂ ਚੀਜ਼ਾਂ ਬਣਾਈਆਂ ਸ਼ਰੀਰ ਦੀਆਂ ਗੱਲਾਂ ਕਰ ਦਿੱਤੇ ਸੌਹਪਣ ਦੀਆਂ ਗੱਲਾਂ ਕਰਦੇ ਸੀ ਤਾਕਤ ਦੀਆਂ ਗੱਲਾਂ ਕਰਦੇ ਸੀਗੇ ਪਰ ਜਿਸ ਜਿਸ ਵੇਲੇ ਵੀ ਅਸੀਂ ਆਤਮਾ ਦੀ ਗੱਲ ਕਰਦੇ ਤੇ ਅਸੀਂ ਫਜ਼ੂਲ ਗੱਲਾਂ ਕਰਦੇ ਹੁੰਦੇ ਸੀ ਫਜ਼ੂਲ ਕਿਸਮ ਦੀਆਂ ਗੱਲਾਂ ਕਰਨੀਆਂ ਪਿੰਪਲ ਤੇ ਲਾਗੇ ਨਾ ਜਾਈ ਉੱਥੇ ਆਤਮਾ ਬੈਠੀ ਆ ਇੱਕ ਵਿਚਾਰੇ ਨੇ ਲੋਹੇ ਦਾ ਇੰਨਾ ਬਟਨ ਜਿਹਾ ਪਾਇਆ ਹੁੰਦਾ ਸੀ ਇਹਨੂੰ ਹੱਥ ਨਾਲ ਲਾ ਦੇਈ ਤਵੀਤ ਪਾਇਆ ਆ ਇਹਨੂੰ ਲਾ ਨਾ ਦੇਈ ਤੈਨੂੰ ਕੁਝ ਹੋ ਜਾਣਾ ਇਹਨੂੰ ਪਾ ਕੇ ਰੱਖੀ ਐਦਾਂ ਦੀਆਂ ਫਜ਼ੂਲ ਗੱਲਾਂ ਦੇ ਨਾਲ ਅਸੀਂ ਆਪਣੀ ਆਤਮਿਕ ਜ਼ਿੰਦਗੀ ਭਰਿਉ ਸੀ ਸ਼ਰੀਰਕ ਤੌਰ ਤੇ ਉਸ ਨੇ ਸਾਨੂੰ ਸੰਤਾਨ ਬਣਾਇਆ ਮਾਨਸਿਕ ਤੌਰ ਤੇ ਉਸ ਨੇ ਸਾਡੀ ਸਰੀਰ ਦੇ ਵਿੱਚ ਸਾਡੇ ਵਿੱਚੋਂ ਸਾਰੀਆਂ ਗੰਦੀਆਂ ਮੰਦੀਆਂ ਚੀਜ਼ਾਂ ਕੱਢ ਦਿੱਤੀਆਂ ਆਤਮਿਕ ਤੌਰ ਤੇ ਹੁਣ ਸਾਨੂੰ ਸਾਡਾ ਪ੍ਰਭੂ ਯਿਸੂ ਕੁਛ ਦੇਣਾ ਮੰਗਦਾ ਔਰ ਉਹ ਹੈ ਉਸ ਦੀ ਪਵਿੱਤਰ ਆਤਮਾ ਜਿਸ ਦੇ ਬਾਰੇ ਅਸੀਂ ਸਿੱਖਾਂਗੇ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਰੇ ਤਰ੍ਹਾਂ ਦੇ ਵਹਿਮ ਸਾਰੇ ਤਰ੍ਹਾਂ ਦੇ ਭਰਮ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਕੱਢ ਦਿੱਤੀਆਂ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਡੀ ਜ਼ਿੰਦਗੀ ਹੁਣ ਖਾਲੀ ਹੋ ਗਈ ਆ ਸਾਡੇ ਕੋਲ ਹੋਰ ਹੁਣ ਕੁਝ ਨਹੀਂ ਰਿਹਾ ਨਹੀਂ ਉਸ ਦੀ ਜਗ੍ਹਾ ਦੇ ਉੱਤੇ ਪ੍ਰਭੂ ਪਰਮੇਸ਼ਵਰ ਸਾਨੂੰ ਕੁਝ ਦੇਣਾ ਮੰਗਦਾ ਆ ਉਸ ਦੀ ਜਗ੍ਹਾ ਤੇ ਪ੍ਰਭੂ ਪਰਮੇਸ਼ਵਰ ਸਾਡੀ ਆਤਮਾ ਦੇ ਵਿੱਚ ਕੁਝ ਭਰਨਾ ਮੰਗਦਾ ਔਰ ਉਹ ਹੈ ਉਸ ਦਾ ਪਵਿੱਤਰ ਆਤਮਾ ਪ੍ਰਭੂ ਦੇ ਬਚਨ ਦੇ ਵਿੱਚੋਂ ਅਸੀਂ ਸਭ ਤੋਂ ਪਹਿਲਾਂ ਮਤੈ ਚੇਲਿਆਂ ਦੇ ਕਰਤੱਬ ਉਸ ਦਾ ਦੂਜੇ ਭਾਗ ਦੇ ਨਾਲ ਸ਼ੁਰੂ ਕਰਾਂਗੇ ਜਿਹੜਾ ਮੈਂ ਤੁਹਾਨੂੰ ਹੈਂਡਆਊਟ ਦਿੱਤੀ ਆ ਜਦ ਅਸੀਂ ਇਸੇ ਹੈਂਡਆਊਟ ਦੇ ਵਿੱਚ ਰਵਾਂਗੇ ਇਹ ਤੁਹਾਡੇ ਲਈ ਘਰ ਲੈ ਇਸ ਨੂੰ ਘਰ ਲੈ ਜਾਓ ਇਹ ਤੁਹਾਡੇ ਲਈ ਬੜੇ ਕੰਮ ਦੀ ਚੀਜ਼ ਹੋਏਗੀ ਕਿਉਂਕਿ ਤੁਸੀਂ ਇਸ ਨੂੰ ਦੁਬਾਰਾ ਵੀ ਪੜ ਸਕੋਗੇ ਇਸ ਨੂੰ ਦੇਣ ਦਾ ਇਹ ਮਤਲਬ ਹੁੰਦਾ ਆ ਕਿ ਇਹਨਾਂ ਹਿੱਸਿਆਂ ਨੂੰ ਤੁਸੀਂ ਘਰ ਜਾ ਕੇ ਦੁਬਾਰਾ ਵੀ ਪੜ ਸਕੋ ਇਸ ਨਾਲ ਤਾਂ ਬੜੀ ਬਰਕਤ ਮਿਲਦੀ ਆ ਔਰ ਇਹ ਪਵਿੱਤਰ ਆਤਮਾ ਦੇ ਬਾਰੇ ਦੱਸਿਆ ਗਿਆ ਜਿਹੜੀ ਪ੍ਰਭੂ ਸਾਨੂੰ ਦੇਣੀ ਮੰਗਦਾ ਤੁਸੀਂ ਦੇਖਿਆ ਹੋਣਾ ਕਿ ਜਿਸ ਜਿਸ ਵੇਲੇ ਵੀ ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ ਤੇ ਅਸੀਂ ਦੁਆ ਦੇ ਸਾਡੀ ਦੇ ਤਿੰਨ ਹਿੱਸੇ ਹੁੰਦੇ ਆ ਪਿਆਰੇ ਬਾਪ हे ਸਵਰਗੀ ਬਾਪ ਇਹਨਾਂ ਬੱਚਿਆਂ ਦੇ ਉੱਤੇ ਤੇਰੀ ਨਿਗਾਹਬਾਨੀ ਲੱਗੀ ਰਹੇ ਦੁਆ ਦਾ ਦੂਸਰਾ ਹੁੰਦਾ ਕਿ ਬੇਟੇ ਪ੍ਰਭੂ ਯਸੂ ਦਾ ਸਾਥ ਇਹਨਾਂ ਦੇ ਨਾਲ ਬਣਿਆ ਰਹੇ ਔਰ ਦੁਆ ਦਾ ਜਿਹੜਾ ਸਾਡਾ ਤੀਸਰਾ ਹਿੱਸਾ ਹੁੰਦਾ ਉਹ ਇਹ ਹੁੰਦਾ ਕਿ ਪਰਮਪਵਿੱਤਰ ਆਤਮਾ ਦੀ ਭਰਪੂਰੀ ਇਹਨਾਂ ਦੇ ਅੰਦਰ ਬਣੀ ਰਹੇ ਤੁਸੀਂ ਦੇਖਿਆ ਇਹ ਦੁਆ ਕਿਸ ਤਰ੍ਹਾਂ ਜਿਹੜੀ ਮਸੀਹੀ ਸાસੀ ਜਿਹੜੀ ਪ੍ਰਭੂ ਯਸੂ ਦੇ ਵਿੱਚ ਦੁਆ ਕਰਦੇ ਆ ਕਿੱਦਾਂ ਉਹ ਇਨਸਾਨ ਦੇ ਤਿੰਨਾ ਪਾਸਿਆਂ ਦੇ ਲਈ ਪੂਰੀ ਭਰਪੂਰੀ ਵਾਲੀ ਆ ਪ੍ਰਭੂ ਯਸੂ ਨੇ ਚੇਲਿਆਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਜਾਏਗਾ ਸਾਡਾ ਭਰਾ ਹੁਣੇ ਦੱਸ ਕੇ ਗਿਆ ਕਿ ਉਹ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਆਏ ਸੀ ਕੁਛ ਮੱਛੀਆਂ ਫੜਨ ਵਾਲੇ ਸੀ ਕਈਆਂ ਦਾ ਭਰਾ ਗਿਆ ਉਹ ਕਹਿੰਦਾ ਤੂੰ ਪ੍ਰਭੂ ਯਿਸੂ ਦੇ ਪਿੱਛੇ ਜਾਣਾ ਮੈਂ ਵੀ ਆ ਜਾਂਦਾ ਕੋਈ ਇੱਕ ਦੋ ਪੜ੍ਹੇ ਲਿਖੇ ਸੀ ਬਾਕੀ ਸਾਰੇ ਅਨਪੜ੍ਹ ਸੀ ਐਦਾਂ ਦੇ ਲੋਕਾਂ ਦੇ ਨਾਲ ਹੁਣ ਜਿਹੜੀ ਸਭ ਤੋਂ ਵੱਡਾ ਮੇਰਕਲਾ ਮਸੀਹ ਦਾ ਉਹ ਦੇਖਣ ਆਲਾ ਹੁਣ ਕਿ ਅਨਪੜ ਲੋਕਾਂ ਦੇ ਨਾਲ ਮੱਛੀਆਂ ਫੜਨ ਵਾਲਿਆਂ ਦੇ ਨਾਲ ਕਿੱਦਾਂ ਅੱਜ ਦੁਨੀਆਂ ਦੇ ਵਿੱਚ ਕਿ ਅੱਜ ਅਸੀਂ ਭੂਟਾਨ ਤੋਂ ਲੋਕ ਪ੍ਰਭੂ ਯਿਸੂ ਮਸੀਹ ਦੇ ਵਿੱਚ ਦੇਖਿਆ ਪਾਕਿਸਤਾਨ ਤੋਂ ਪ੍ਰਭੂ ਲੋਕ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਦੁਨੀਆਂ ਦਾ ਕੋਈ ਖੁੰਝਾ ਅਜ ਐਸਾਨੀ ਜਿੱਥੇ ਅੱਜ ਸਵੇਰੇ ਪ੍ਰਭੂ ਯਿਸੂ ਮਸੀਹ ਦੀ ਇਹ ਸਰਵਸ ਹੋ ਨਹੀਂ ਰਹੀ ਕਿਤੇ ਦੋ ਬੈਠੇ ਆ ਕਿਤੇ 2000 ਬੈਠੇ ਆ ਪ੍ਰਭੂ ਦਾ ਨਾਮ ਉੱਚਾ ਹੋ ਰਿਹਾ ਉਹਨਾਂ ਨੇ ਕੀਤਾ ਕਿਦਾਂ ਕੀਤਾ ਇਸ ਆਤਮਾ ਦੇ ਰਹੀਂ ਇਹ ਆਤਮਾ ਦੇ ਰਹੀਂ ਔਰ ਦੇਖੋ ਵਚਨ ਚ ਇਸ ਤਰ੍ਹਾਂ ਲਿਖਿਆ ਆਓ ਪ੍ਰਭੂ ਦੇ ਵਚਨ ਦੇ ਵਿੱਚ ਆਈਏ ਇਹ ਪੰਤੇ ਕੁਸਤ ਦੇ ਤਿਹਾਰ ਦਾ ਦਿਨ ਸੀ ਉਹ ਸਾਰੇ ਇੱਕ ਥਾਂ ਇਕੱਠੇ ਸਨ ਅਚਾਨਕ ਆਕਾਸ਼ ਤੋਂ ਇੱਕ ਬਹੁਤ ਤੇਜ ਹਨੇਰੀ ਵਰਗੀ ਆਵਾਜ਼ ਆਈ ਅਤੇ ਉਸ ਨਾਲ ਸਾਰਾ ਘਰ ਗੂੰਜ ਉੱਠਿਆ ਜਿਸ ਵਿੱਚ ਉਹ ਬੈਠੇ ਹੋਏ ਸਨ ਫੇਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਤੇ ਆ ਕੇ ਠਹਿਰੀਆਂ ਉਹ ਸਾਰੇ ਪਵਿੱਤਰ ਆਤਮਾ ਦੇ ਨਾਲ ਭਰ ਗਏ ਅਤੇ ਪੁਰਾਈਆਂ ਬੋਲੀਆਂ ਬੋਲਣ ਲੱਗ ਪਏ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੇ ਲਈ ਉਭਾਰਿਆ ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਸ਼ਰਦਾਲੂ ਯਹੂਦੀ ਯਰੂਸ਼ਲਮ ਦੇ ਵਿੱਚ ਆਏ ਹੋਏ ਸਨ ਜਦੋਂ ਇਹ ਆਵਾਜ਼ ਆਈ ਤਾਂ ਭੀੜ ਲੱਗ ਗਈ ਲੋਕੀਂ ਕਬਰਾ ਗਏ ਕਿਉਂਕਿ ਹਰ ਕੋਈ ਚੇਲਿਆਂ ਨੂੰ ਆਪਣੀ ਹੀ ਬੋਲੀ ਦੇ ਵਿੱਚ ਬੋਲਦੇ ਸੁਣ ਰਿਹਾ ਸੀ ਸਾਰੇ ਲੋਕੀਂ ਹੈਰਾਨ ਸਨ ਅਤੇ ਉਹ ਹੈਰਾਨਗੀ ਦੇ ਵਿੱਚ ਕਹਿਣ ਲੱਗੇ ਕਿ ਇਹ ਸਾਰੇ ਜਿਹੜੇ ਬੋਲ ਰਹੇ ਹਨ ਗਲੀਲ ਨਿਵਾਸੀ ਨਹੀਂ ਹਨ ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਬਾਸ਼ਾ ਸੁਣ ਰਹੇ ਹਾਂ ਅਸੀਂ ਜਿਹੜੇ ਪਾਰ تھے ਮੇਦੀ ਇਲਾਮੇ ਮੈਸੋਪੋਟਾਮੀਆ ਯਹੂਦੀਆ ਕਪਦੂਕ ਕਪਦੂਕੀਆ ਪੰਤਸ ਏਸ਼ੀਆ ਫਰੂਗਿਆ ਪ੍ਰਮ ਫੁਲਿਆ ਮੈਸਰ ਕੋਰੇਨੇ ਦੇ ਲਾਗਲੇ ਦੇ ਪ੍ਰਾਂਤ ਲਿਬੀਆ ਦੇ ਰਹਿਣ ਵਾਲੇ ਰੋਮੀ ਮੁਸਾਫਰ ਯਹੂਦੀ ਅਤੇ ਦੂਜੀ ਜਿਨ੍ਹਾਂ ਨੇ ਯਹੂਦੀ ਮਤ ਨੂੰ ਸਵੀਕਾਰ ਕੀਤਾ ਕ੍ਰੇਤ ਅਤੇ ਅਰਬ ਦੇ ਰਹਿਣ ਵਾਲੇ ਹਾਂ ਅਸੀਂ ਸਾਰੇ ਆਪਣੀ ਭਾਸ਼ਾ ਵਿੱਚ ਪਰਮੇਸ਼ਵਰ ਦੇ ਮਹਾਨ ਕੰਮਾਂ ਦੇ ਬਾਰੇ ਸੁਣ ਰਹੇ ਹਾਂ ਉਹ ਸਾਰੇ ਹੈਰਾਨ ਸਨ ਅਤੇ ਕਬਰائے ਹੋਏ ਅਤੇ ਇੱਕ ਦੂਜੇ ਨੂੰ ਪੁੱਛਣ ਲੱਗੇ ਇਸ ਦਾ ਅਰਥ ਕੀ ਹੋ ਸਕਦਾ ਹੈ ਨਾਓ ਹੁਣ ਸਾਨੂੰ ਇਸ ਚੀਜ਼ ਦਾ ਪਤਾ ਕਿ ਉਹ ਲੋਕ ਅਨਪੜਾ ਕਿਉਂਕਿ ਉਹਨਾਂ ਨੇ ਆਲਰੇਡੀ ਕਹਿ ਤੱਕੀ ਇਹ ਸਾਰੇ ਦੇ ਸਾਰੇ ਗਲੀਲ ਦੇ ਨਿਵਾਸੀ ਨਹੀਂ ਔਰ ਸਾਨੂੰ ਪ੍ਰਭੂ ਦੇ ਉਸ ਇਤਿਹਾਸ ਦੇ ਉਸ ਸਮੇਂ ਤੋਂ ਇਸ ਚੀਜ਼ ਦਾ ਪਤਾ ਕਿ ਗਲੀਲ ਦੇ ਲੋਕ ਜਿਹੜੇ ਉਹ ਸਭ ਤੋਂ ਜ਼ਿਆਦਾ ਅਨਪੜ ਲੋਕ ਸਗੇ ਲਾਈਕ ਅਨਪੜ ਲੋਕ ਵੀ ਉਹਨਾਂ ਨੂੰ ਅਨਪੜ ਕਹਿੰਦੇ ਹੁੰਦੇ ਸੀ ਟੋਟਲੀ ਜਿੱਦਾਂ ਬਿਲਕੁਲ ਬਲੈਂਕ ਸਲੇ ਜਿਹੜੀ ਉਹ ਆਪਣੀ ਵੀ ਭਾਸ਼ਾ ਬੋਲਦੇ ਸੀਗੇ ਉਹ ਵੀ ਟੁੱਟੀ ਪੱਜੀ ਭਾਸ਼ਾ ਰੜੀ ਮਿਲੀ ਜੀ ਭਾਸ਼ਾ ਉਹ ਬੋਲਦੇ ਹੁੰਦੇ ਸੀਗੇ ਕਿ ਉਹਨਾਂ ਨੂੰ ਆਪ ਨੂੰ ਹੀ ਸਮਝ ਆਉਂਦੀ ਹੁੰਦੀ ਸੀ ਕਿ ਬੋਲਦੇ ਕਿ ਉਹਦਾ ਵੀ ਟ੍ਰਾਂਸਲੇਸ਼ਨ ਕਰਨੀ ਪੈਂਦੀ ਸੀ ਕਿਸ ਬੰਦੇ ਨੇ ਆ ਚੀਜ਼ ਕਹੀ ਆ ਲੇਕਿਨ ਜਿੱਦਾਂ ਹੀ ਪ੍ਰਭੂ ਦਾ ਆਤਮਾ ਉਹਨਾਂ ਦੇ ਉੱਤੇ ਉਤਰਿਆ ਤੇ ਉਹ ਜਿਹੜੇ ਡਰ ਕੇ ਉੱਤੇ ਕਮਰੇ ਦੇ ਵਿੱਚ ਲੁਕ ਕੇ ਬੈਠੇ ਹੋਏ ਸੀ ਉਹ ਬਾਹਰ ਆਏ ਔਰ ਉਹਨਾਂ ਨੇ ਆ ਕੇ ਇਹ ਜਿਹੜੇ 14 ਵਖਰੀਆਂ ਵਖਰੀਆਂ ਬੋਲੀਆਂ ਬੋਲਣ ਵਾਲੇ ਔਰ ਇਹਨਾਂ ਤੋਂ ਵੀ ਜ਼ਿਆਦਾ ਵਖਰੀਆਂ ਵਖਰੀਆਂ ਬੋਲੀਆਂ ਬੋਲਣ ਵਾਲੇ ਜਿਹੜੇ ਲੋਕ ਉੱਥੇ ਇਕੱਠੇ ਹੋਇਓ ਆ ਉਹਨਾਂ ਨੂੰ ਉਹਨਾਂ ਦੀ ਬੋਲੀ ਦੇ ਵਿੱਚ ਪ੍ਰਭੂ ਦੇ ਵਚਨ ਦੇ ਬਾਰੇ ਦੱਸਦੇ ਭਾਈਆ ਪ੍ਰਭੂ ਦਾ ਸੁਬਹ ਸਮਾਚਾਰ ਉਹਨਾਂ ਨੂੰ ਸੁਣੋ ਦੋ ਮਿਰਕਲ ਇੱਥੇ ਹੋ ਰਿਹਾ ਹੈ ਸਭ ਤੋਂ ਪਹਿਲਾ ਜਿਹੜਾ ਮਿਰਕਲ ਇੱਥੇ ਇਹ ਹੋ ਰਿਹਾ ਉਹ ਇਹ ਆ ਕਿ ਬਿਲਕੁਲ ਉਹ ਇਨਸਾਨ ਜਿਹੜਾ ਅਨਪੜਾ ਜਿਹੜਾ ਡਰਪੋਕਾ ਜਿਹੜਾ ਜਿਹੜਾ ਕਦੀ ਕਿਸੇ ਦੇ ਸਾਹਮਣੇ ਬੋਲ ਨਹੀਂ ਸਕਦਾ ਉਸ ਦੇ ਅੰਦਰ ਇੱਕ ਐਸੀ ਤਾਕਤ ਆ ਗਈ ਆ ਕਿ ਉਹ ਬਾਹਰ ਜਾ ਕੇ ਪ੍ਰਭੂ ਦਾ ਵਚਨ ਦਾ ਪ੍ਰਚਾਰ ਕਰਦਾ ਪਿਆ। ਔਰ ਦੂਸਰਾ ਮਿਰਕਲ ਇਹ ਹੋ ਰਿਹਾ ਕਿ ਪ੍ਰਭੂ ਦਾ ਪ੍ਰਚਾਰ ਕਰਨ ਦੇ ਲਈ ਇਨਸਾਨ ਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਆ ਪ੍ਰਭੂ ਉਹ ਚੀਜ਼ ਉਸ ਨੂੰ ਪ੍ਰੋਵਾਈਡ ਕਰ ਰਿਹਾ। ਉਹ ਜਿਹੜੇ 120 ਜਾਣੇ 150 ਜਾਣੇ ਜਾਂ 200 ਜਾਣੇ ਜੋ ਵੀ ਆਪਾਂ ਮਰਜ਼ੀ ਕਹਿ ਲਈਏ ਵੱਖਰੀ ਵੱਖਰੀ ਗਿਣਤੀ ਇੱਥੇ ਲੋਕ ਗਿੰਦੇ ਆ ਉਹ ਜਿਹੜੇ ਲੋਕ ਆ ਉਹ ਕਮਰੇ ਦੇ ਵਿੱਚੋਂ ਜਿੱਦਾਂ ਹੀ ਆਤਮਾ ਉਹਨਾਂ ਦੇ ਉੱਤੇ ਆਇਆ ਜਿਹੜੀ ਇੱਥੇ ਇਹ ਇਸ ਹਿੱਸੇ ਦੇ ਬੜਾ ਬੜਾ ਬਹੁਤ ਵੱਡੇ ਵੱਡੇ ਮਕਸਦ ਆ ਤੁਸੀਂ ਜਿਹੜੇ ਪ੍ਰਭੂ ਦੇ ਵਿੱਚ ਨਵੇਂ ਆਏ ਆ ਤੁਹਾਨੂੰ ਆਉਣ ਵਾਲਿਆਂ ਦਿਨਾਂ 'ਚ ਮੁਸੀਬਤ ਜਿਹੜੀ ਆਉਣੀ ਆ ਉਹ ਇਹ ਆ ਕਿ ਸਾਡੀ ਮਸੀਹਤ ਦੇ ਵਿੱਚ ਦੋ ਗਰੁੱਪ ਆ ਇੱਕ ਤਾਂ ਉਹ ਆ ਜਿਹੜੇ ਇਧਰਲੇ ਖੂੰਜੇ ਦੇ ਵਿੱਚ ਬੈਠੇ ਹੋ ਤੇ ਇੱਕ ਜਿਹੜੇ ਇਧਰਲੇ ਖੂੰਜੇ ਦੇ ਵਿੱਚ ਬੈਠੇ ਹੋ ਇੱਕ ਕਹਿੰਦੇ ਕਿ ਪ੍ਰਭੂ ਨੇ ਇੱਥੇ ਆਪਣੇ ਕੋ ਖਾਸ ਸ਼ਬਦ ਦਿੱਤੇ ਤੇ ਉਹ ਚਰਚਾਂ ਦੇ ਵਿੱਚ ਉਹ ਹੀ ਖਾਸ ਸ਼ਬਦ ਬੋਲ ਕੇ ਘਰੋਂ ਚੱਲ ਜਾਂਦੇ ਔਰ ਕਿਸੇ ਨੂੰ ਪ੍ਰਭੂ ਦੇ ਬਾਰੇ ਨਹੀਂ ਦੱਸਦੇ ਦੂਜੇ ਐਸ ਗਰੁੱਪ ਦੇ ਵਿੱਚ ਬੈਠੇ ਹੋ ਜਿਹੜੇ ਕਹਿੰਦੇ ਨਹੀਂ ਉਹ ਕੋਈ ਕੋਈ ਖਾਸ ਸ਼ਬਦ ਨਹੀਂ ਦਿੱਤੇ ਉਹ 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 ਪ੍ਰਭੂ ਨੇ ਪ੍ਰਭੂ ਨੇ ਜੜੀਆਂ ਚੀਜ਼ੀਆਂ ਦਿੱਤੀਆਂ ਸੀ ਉਹ ਬੋਲੀਆਂ ਨਹੀਂ ਦਿੱਤੀਆਂ ਸੀਗੀਆਂ ਉਹ ਟ੍ਰਾਂਸਲੇਸ਼ਨ ਦਿੱਤੀ ਸੀ ਤੇ ਉਹ ਇਹਨਾਂ ਦੀ ਮਿੱਟੀ ਪੱਟ ਕੇ ਚਰਚਾਂ ਵਿੱਚ ਗੱਲਾਂ ਕਰਕੇ ਤਾਂ ਉਹ ਵੀ ਘਰ ਨੂੰ ਚੱਲ ਜਾਂਦੇ ਉਹ ਵੀ ਪ੍ਰਭੂ ਨੂੰ ਕਿਸੇ ਦੇ ਬਾਰੇ ਨਹੀਂ ਦੱਸਦੇ पाए ਪ੍ਰਭੂ ਨੇ ਆਪਣਾ ਜਿਹੜਾ ਕੰਮ ਕੀਤਾ ਕੀ ਉਹਨੇ ਕੋਈ ਖਾਸ ਬੋਲੀ ਦਿੱਤੀ ਯਸ ਉਹਨੇ ਪਵਿੱਤਰ ਬੋਲੀ ਦਿੱਤੀ ਯਸ ਪਰ ਜਿਹੜਾ ਉਸਨੇ ਸਭ ਤੋਂ ਵੱਡੀ ਚੀਜ਼ ਇਹ ਦਿੱਤੀ ਕਿ ਜਿਸ ਵੇਲੇ ਪਵਿੱਤਰ ਆਤਮਾ ਆਈਆ ਤੇ ਉਹਨਾਂ ਬੰਦਿਆਂ ਨੇ ਇਸ ਚੀਜ਼ ਦੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਆਹ ਜਿਹੜਾ ਬੰਦਾ ਏ ਆਲਾਮੀ ਬੋਲੀ ਬੋਲਦਾ ਮੈਨੂੰ ਇਹਦੀ ਬੋਲੀ ਨਹੀਂ ਆਉਂਦੀ ਉਹ ਪਵਿੱਤਰ ਆਤਮਾ ਦੀ ਭਰਪੂਰੀ ਦੇ ਵਿੱਚ ਜਿਸ ਵੇਲੇ ਉਸ ਬੰਦੇ ਦੇ ਕੋਲ ਗਿਆ ਔਰ ਉਸਨੇ ਜਾ ਕੇ ਉਹਨੂੰ ਪ੍ਰਭੂ ਦਾ ਵਚਨ ਦੱਸਣਾ ਸ਼ੁਰੂ ਕੀਤਾ ਤੇ ਉਸ ਬੰਦੇ ਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਕੀ ਪ੍ਰਭੂ ਨੇ ਆਪਣੀ ਕੋ ਪਵਿੱਤਰ ਬੋਲੀ ਦਿੱਤੀ ਯਸ ਪਰ ਇਹ ਮਤਲਬ ਨਹੀਂ ਹੁੰਦਾ ਜਿਸ ਵੇਲੇ ਉਹ ਬੰਦਾ ਜਿਹੜਾ ਦੂਸਰਾ ਬੰਦਾ ਉੱਥੋਂ ਮੱਛੀਆਂ ਫੜਨ ਵਾਲਾ ਉੱਠ ਕੇ ਆਇਆ ਤੇ ਉਹ ਜਿਸ ਨੇ ਉੱਠ ਕੇ ਗਿਆ ਤਾਂ ਉਸੇ ਇੱਕ ਅਰਬੀ ਬੋਲਣ ਵਾਲਾ ਸੀਗਾ ਔਰ ਪਵਿੱਤਰ ਆਤਮਾ ਦੀ ਭਰਪੂਰੀ ਨੇ ਉਸ ਨੂੰ ਇੰਨਾ ਭਰ ਦਿੱਤਾ ਕਿ ਉਹ ਅਰਬੀ ਬੋਲਣ ਵਾਲੇ ਦੇ ਨਾਲ ਜਾ ਕੇ ਉਸ ਨੇ ਪ੍ਰਭੂ ਦਾ ਬਚਨ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਔਰ ਅਰਬੀ ਬੋਲਣ ਵਾਲੇ ਨੂੰ ਸਮਝਾਉਣੀ ਸ਼ੁਰੂ ਹੋ ਗਈ ਕਿ ਇਹ ਮੈਨੂੰ ਸਭ ਸਮਾਚਾਰ ਸੁਣਾਉਂਦਾ ਪਿਆ ਇਹ ਆ ਪ੍ਰਭੂ ਦਾ ਮੇਰਾ ਪਵਿੱਤਰ ਆਤਮਾ ਦੀ ਸਭ ਤੋਂ ਵੱਡੀ ਜਿਸਲੇ ਖੁਦਾਵਾਨ ਦੀ ਪਵਿੱਤਰ ਆਤਮਾ ਤੁਹਾਡੇ ਉੱਤੇ ਆਉਂਦੀ ਆ ਤੇ ਤੁਹਾਨੂੰ ਨਵੇਂ ਭੈਣ ਭਰਾਵਾਂ ਨੂੰ ਕਿਸੇ ਦਾ ਡਰ ਨਹੀਂ ਹੋਣਾ ਚਾਹੀਦਾ ਸ਼ੈਤਾਨ ਹਮੇਸ਼ਾ ਤੁਹਾਨੂੰ ਡਰਾਏਗਾ ਕਿ ਤੁਸੀਂ ਇਕੱਲੇ ਆ ਤੁਹਾਡੇ ਮਿੱਤਰ ਕੀ ਕਹਿਣਗੇ ਤੁਹਾਡੇ ਫਰੈਂਡ ਕੀ ਕਹਿਣਗੇ ਤੁਹਾਡੀ ਫੈਮਿਲੀ ਕੀ ਕਹੂਗੀ ਤੁਹਾਡੇ ਤੁਹਾਡੇ ਤੁਹਾ ਤੋ ਤੁਹਾਡੇ ਲਈ ਇੰਨੇ ਆ ਲੋਕਾਂ ਨੇ ਧਰਮ ਦੇ ਲਈ ਜਾਨਾਂ ਦੇ ਦਿੱਤੀਆਂ ਉਹ ਕੀ ਕਹਿਣਗੇ ਬੜੇ ਮਿੱਠੇ ਬੜੇ ਭਲੇ ਬੜੇ ਗੁੱਡ ਸਵਾਲ ਆਏ ਪਰ ਇਸ ਚੀਜ਼ ਨੂੰ ਯਾਦ ਰੱਖੋ ਕਿ ਜਿਨ੍ਹਾਂ ਨੇ ਧਰਮ ਦੇ ਲਈ ਜਾਨ ਦਿੱਤੀ ਆ ਉਹਨਾਂ ਨੇ ਦੂਸਰੇ ਧਰਮ ਦੇਆਂ ਲੋਕਾਂ ਨੂੰ ਇਹ ਦੱਸਿਆ ਕਿ ਤਲਵਾਰ ਦੇ ਨਾਲ ਤੂੰ ਮੈਨੂੰ ਜਿੱਤ ਨਹੀਂ ਸਕਦਾ ਤਲਵਾਰ ਦੀ ਜਿੱਤ ਨਹੀਂ ਪਰ ਉਹਦੇ ਚ ਮੁਕਤੀ ਨਹੀਂ ਜਿਹੜਾ ਇਨਸਾਨ ਅੱਜ ਤੁਹਾਨੂੰ ਆ ਕੇ ਇਹ ਕਹਿ ਰਿਹਾ ਕਿ ਤੂੰ ਪ੍ਰਭੂ ਯਿਸੂ ਨੂੰ ਕਿਉਂ ਅਪਣਾਇਆ ਇਸ ਚੀਜ਼ ਨੂੰ ਯਾਦ ਰੱਖੋ ਕਿ ਪ੍ਰਭੂ ਯਿਸੂ ਮਸੀਹ ਤੋਂ ਬਿਗੈਰ ਉਹ ਇਨਸਾਨ ਦੀ ਪਾਪਾਂ ਦੀ ਮਾਫੀ ਹੈ ਨਹੀਂ ਸਵਾਲ ਪੁੱਛਣ ਵਾਲਾ ਨਰਕ ਨੂੰ ਜਾ ਰਿਹਾ ਉਹਦੀ ਰੂਹ ਦੀ ਫਿਕਰ ਕਰੋ ਅਗਰ ਤੁਸੀਂ ਉਹਦੀ ਰੂਹ ਹੀ ਫਿਕਰ ਕਰੋਗੇ ਤਾਂ ਤੁਹਾਨੂੰ ਕਦੀ ਸ਼ਰਮਿੰਦਗੀ ਨਹੀਂ ਹੋਏਗੀ ਇਹ ਚੀਜ਼ ਨੂੰ ਯਾਦ ਰੱਖੋ ਪ੍ਰਭੂ ਅੱਗੇ دعا ਕਰੋ ਉਸ ਵੇਲੇ ਕਿ ਪ੍ਰਭੂ ਜੀ ਕਿਹੜੀ ਕੋਈ ਨਵੀਂ ਚੀਜ਼ ਕਹਿੰਦੇ ਉਹ ਹੀ ਤਾਂ ਚਾਰ ਗੱਲਾਂ ਉਹਨਾਂ ਕੋਲ ਉਹ ਹੀ ਗੱਲਾਂ ਕਹਿੰਦੇ ਤੁਹਾਨੂੰ ਪਤਾ ਉਹਨਾਂ ਨੇ ਉਹ ਹੀ ਗੱਲਾਂ ਸਾਨੂੰ ਬਾਰ-ਬਾਰ ਕਹਿਣੀਆਂ ਉਹ ਹੀ ਚਾਰ ਗੱਲਾਂ ਕੋਈ ਖਾਸ ਗੱਲ ਨਹੀਂ ਹੁੰਦੀ ਲੇਕਿਨ ਉਹ ਸਮਾਂ ਆਏ ਹੁੰਦਾ ਕਿ ਤੁਸੀਂ ਪ੍ਰਭੂ ਦੇ ਅੱਗੇ ਦੁਆ ਕਰੋ ਕਿ ਪ੍ਰਭੂ ਜੀ ਮੈਂ ਇਸ ਨੂੰ ਤੇਰੀ ਮੁਕਤੀ ਦੇ ਬਾਰੇ ਦੱਸ ਸਕਾਂ ਇਸ ਵੇਲੇ ਤੂੰ ਮੈਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰ ਐਸ ਪਵਿੱਤਰ ਆਤਮਾ ਦੇ ਨਾਲ ਭਰ ਜਿਹੜੇ ਤੂੰ ਇਹ ਮਛਿਆਰਿਆਂ ਨੂੰ ਭਰਿਆ ਸੀਗਾ ਮੇਰੇ ਨਾਲ ਸਭ ਤੋਂ ਪਿਛਲੇ ਪੇਜ ਤੋਂ ਇੱਕ ਤਾਂ ਆਖਰੀ ਪੇਜ ਆ ਨਾ ਉਸ ਤੋਂ ਪਹਿਲਾਂ ਇੱਕ ਇੱਕ ਹਿੱਸਾ ਆ ਲੂਕਾ ਦਾ 12ਵਾਂ ਭਾਗ ਅਖੀਰਲਾ ਪੇਜ ਆ ਜਿਹੜਾ ਇਸ ਦਾ ਉਸ ਨੂੰ ਐਦਾਂ ਖੋਲ ਲਓ ਪੰਜਾਬੀ 'ਚ ਇੱਧਰ ਆ ਇੰਗਲਿਸ਼ ਦੇ ਵਿੱਚ ਇੱਧਰਲੇ ਪਾਸੇ ਔਰ ਵਚਨ 'ਚ ਇਸ ਤਰ੍ਹਾਂ ਲਿਖਿਆ ਇੱਕ ਦਿਨ ਯਸੂਦੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਭੀੜ ਇੰਨੀ ਸੀ ਕਿ ਲੋਕੀ ਇੱਕ ਦੂਜੇ ਉੱਤੇ ਡਿੱਗਦੇ ਪਏ ਸੀ ਯਸੂ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ ਫਰੀਸੀਆਂ ਦੇ ਖਮੀਰ ਅਰਥਾਤ ਉਹਨਾਂ ਦੀਆਂ ਪਖੰਡੀ ਚਾਲਾਂ ਤੋਂ ਸਾਵਧਾਨ ਰਹਿਣਾ ਬੜੀਆਂ ਤਰਾਨੀਆਂ ਤੁਹਾਨੂੰ ਉਹ ਗੱਲਾਂ ਕਹਿਣਗੇ ਉਹਨਾਂ ਨੂੰ ਸਾਵਧਾਨ ਰਹਿਣਾ ਇਹੋ ਜਿਹਾ ਕੁਝ ਨਹੀਂ ਹੈ ਜੋ ਬੰਧ ਹੈ ਖੋਲਿਆ ਨਹੀਂ ਜਾਵੇਗਾ ਜੋ ਗੁਪਤ ਹੈ ਪ੍ਰਗਟ ਪ੍ਰਗਟ ਨਹੀਂ ਕੀਤਾ ਜਾਵੇਗਾ ਜੋ ਤੁਸੀਂ ਹਨੇਰੇ ਵਿੱਚ ਕਿਹਾ ਹੈ ਉਹ ਚਾਨਣ ਵਿੱਚ ਸੁਣਾਇਆ ਜਾਵੇਗਾ ਜੋ ਤੁਸੀਂ ਕਮਰੇ ਦੇ ਅੰਦਰ ਅੰਦਰ ਕਿਸੇ ਦੇ ਕੰਨ ਵਿੱਚ ਕਿਹਾ ਹੈ ਮਕਾਨ ਦੀ ਛੱਤ ਉੱਤੇ ਉੱਚੀ-ਉੱਚੀ ਕਿਹਾ ਜਾਵੇਗਾ ਪ੍ਰਭੂ ਯਿਸੂ ਮਸੀਹ ਦੱਸਦੇ ਪਏ ਆ ਦੇਨ ਆ ਰਿਹਾ ਇਸ ਸੁਬਹ ਸਮਾਚਾਰ ਦਾ ਪ੍ਰਚਾਰ ਇਦਾਂ ਕੀਤਾ ਜਾਏਗਾ ਇਹ ਜਿਹੜੇ ਪਖੰਡੀ ਫਰੀਸੀ ਆ ਇਹ ਜਿਹੜੇ ਪਖੰਡੀ ਧਰਮ ਗ੍ਰੰਥੀ ਆ ਇਹ ਜਿਹੜੇ ਪਖੰਡੀ ਲੋਕਾਂ ਇਹਨਾਂ ਤੋਂ ਬਚ ਕੇ ਰਹਿਣਾ ਇਹਨਾਂ ਦੇ ਇਹਨਾਂ ਦੇ ਖਮੀਰ ਦੇ ਵਿੱਚ ਦਾਖਲ ਨਾ ਹੋ ਜਾਣਾ ਇਹਨਾਂ ਦੇ ਨਾਲ ਨਾ ਮਿਲ ਜਾਣਾ ਮੇਰੇ ਮਿੱਤਰੋ ਮੈਂ ਤੁਹਾਨੂੰ ਕਹਿੰਦਾ ਹਾਂ ਉਨਾ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਮਾਰ ਸਕਦੇ ਹਨ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਸ ਤੋਂ ਡਰਨਾ ਚਾਹੀਦਾ ਹੈ ਪਰਮੇਸ਼ਰ ਕੋਲੋਂ ਡਰੋ ਪਰਮੇਸ਼ਰ ਕੋਲੋਂ ਡਰੋ ਉਹ ਤੁਹਾਨੂੰ ਮਾਰ ਵੀ ਸਕਦਾ ਹੈ ਤੇ ਪਿੱਛੋਂ ਨਰਕ ਵਿੱਚ ਵੀ ਸੁੱਟ ਸਕਦਾ ਹੈ ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਪਰਮੇਸ਼ਰ ਤੋਂ ਡਰੋ ਕਿ ਦੋ ਪੈਸਿਆਂ ਦੀਆਂ ਪੰਜ ਚਿੜੀਆਂ ਨਹੀਂ ਵੇਖਦੀਆਂ ਹਨ ਫੇਰ ਵੀ ਪਰਮੇਸ਼ਰ ਉਹਨਾਂ ਚਿੜੀਆਂ ਵਿੱਚੋਂ ਕਿਸੇ ਇੱਕ ਦਾ ਧਿਆਨ ਰੱਖਦਾ ਹੈ ਤੁਹਾਡੇ ਸਿਰ ਦੇ ਸਾਰੇ ਵਾਲ ਗਿਣੇ ਹੋਏ ਹਨ ਇਸ ਲਈ ਡਰੋ ਨਹੀਂ ਕਿ ਡਰੋ ਨਹੀਂ ਤੁਸੀਂ ਬਹੁਤ ਚਿੜੀਆਂ ਨਾਲੋਂ ਕਿਤੇ ਏਦਿਕ ਮਲਵਾਨ ਹੋ ਮੈਂ ਤੁਹਾਨੂੰ ਕਹਿੰਦਾ ਹਾਂ ਜੋ ਆਦਮੀ ਦੂਜਿਆਂ ਦੇ ਸਾਹਮਣੇ ਮੈਨੂੰ ਪ੍ਰਭੂ ਕਹਿ ਕੇ ਮੰਨਦਾ ਹੈ ਉਹ ਉਸ ਨੂੰ ਮੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਸਵਰਗ ਦੂਤਾਂ ਦੇ ਸਾਹਮਣੇ ਆਪਣਾ ਕਰਕੇ ਮੰਨੇਗਾ ਸਾਨੂੰ ਪਤਾ ਕਿ ਜਿਹੜਾ ਬੰਦਾ ਸਾਡੇ ਨਾਲ ਇਦਾਂ ਦੀਆਂ ਗੱਲਾਂ ਕਰਦਾ ਵੀ ਉਹ ਬਾਹਰ ਜਾ ਕੇ ਵੀ ਸਾਡੀ ਮਿੱਟੀ ਪੱਟਦਾ ਉਹ ਪਹਿਲਾਂ ਮਿੱਟੀ ਸਾਡੀ ਕਿਸੇ ਦੇ ਕੋਲ ਪੱਟ ਕੇ ਆਇਆ ਆ ਔਰ ਬਾਹਰ ਜਾ ਕੇ ਫੇਰ ਵੀ ਕਿਸੇ ਦੇ ਕੋਲੋਂ ਪੱਟੇਗਾ ਜੇ ਸਾਨੂੰ ਹਟਾ ਵੀ ਲਏਗਾ ਪਿੱਛੇ ਤਾਂ ਵੀ ਸਾਡੀ ਮਿੱਟੀ ਪੱਟੇਗਾ ਪਰ ਦੂਜੇ ਪਾਸੇ ਜਿਹੜੀ ਚੀਜ਼ ਅਸੀਂ ਇਹ ਗੁਆ ਰਹੇ ਹਾਂ ਉਹ ਇਹ ਗੁਆ ਰਹੇ ਹਾਂ ਕਿ ਸਵਰਗ ਦੇ ਵਿੱਚ ਪ੍ਰਭੂ ਯਸੂ ਬਾਪ ਨੂੰ ਕਹਿ ਰਿਹਾ ਇਹ ਮੇਰਾ ਜਦ ਵੀ ਤੁਸੀਂ ਦੁਆ ਕਰਦੇ ਹੋ ਤੁਹਾਡੀ ਦੁਆ ਪ੍ਰਭੂ ਦੇ ਸਾਹਮਣੇ ਜਾਂਦੀ ਹੈ ਤੇ ਪ੍ਰਭੂ ਕਹਿੰਦਾ ਇਹ ਦੁਆ ਕਹਦੀ ਹੈ ਪ੍ਰਭੂ ਯਸੂ ਕਹਿੰਦਾ ਇਹ ਮੇਰਾ ਇਹ ਮੇਰੇ ਦੀ ਦੁਆ ਆ ਤੇ ਇਹਦੀ ਦੁਆ ਨੂੰ ਸੁਣੋ ਪੂਰਾ ਕਰ ਮੇਰਾ ਬਾਪ ਸਵਰਗ ਦੇ ਵਿੱਚ ਮੰਨੇਗਾ ਇਹ ਮੇਰਾ ਜਿਹੜਾ ਲੋਕਾਂ ਦੇ ਸਾਹਮਣੇ ਯਸੂ ਨੂੰ ਕਹੇਗਾ ਯਸੂ ਮੇਰਾ ਅੱਗੇ ਦੇਖੋ ਜੇਕਰ ਕੋਈ ਜਾਣ ਦਸਵੀਂ ਆਇਤ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਕਹੇ ਤਾਂ ਉਸ ਨੂੰ ਮਾਫੀ ਮਿਲ ਸਕਦੀ ਹੈ ਅਗਰ ਕੋਈ ਲੋਕ ਆਕੇ ਤਾਂ ਯਸੂ ਦੇ ਸਾਹਮਣੇ ਤੁਹਾਨੂੰ ਯਸੂ ਦੇ ਲਈ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ ਕਹਿਣ ਦੇ ਕਹਿ ਲੈਣ ਦਿਓ ਤਾਨੂੰ ਯਸੂ ਮਸੀਹ ਨੂੰ ਪ੍ਰੋਟੈਕਟ ਕਰਨ ਦੀ ਕੋਈ ਜ਼ਰੂਰਤ ਨਹੀਂ ਉਹ ਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਆਉਂਦਾ ਉਹ ਜਿਉਂਦਾ ਅਸੀਂ ਕਿਸੇ ਮਰਿਓ ਬੁੱਤ ਨੂੰ ਪ੍ਰੋਟੈਕਟ ਨਹੀਂ ਕਰਦੇ ਪਾਏ ਪੱਥਰ ਦੇ ਬਣੀਓ ਮੂਰਤੀ ਨੂੰ ਪ੍ਰੋਟੈਕਟ ਨਹੀਂ ਕਰਦੇ ਪਾਏ ਉਹਨਾਂ ਨੂੰ ਬਰਛੇ ਚੁੱਕਣੇ ਪੈਂਦੇ ਆ ਸਾਨੂੰ ਨਹੀਂ ਚੁੱਕਣ ਦੀ ਜ਼ਰੂਰਤ ਸਾਡਾ ਯਸੂ ਜਾਣਦਾ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਉਹੋ ਹੀ ਬੰਦਾ ਜਿਹੜਾ ਯਿਸੂ ਦੇ ਖਿਲਾਫ ਗੱਲਾਂ ਕਰਦਾ ਪਿਆ ਕੱਲ ਨੂੰ ਉਹੀ ਦੁਆ ਕਰਵਾਉਣ ਆਏਗਾ ਤੁਹਾਡੇ ਕੋਲੋਂ ਕਿ ਮੇਰੇ ਲਈ ਦੁਆ ਕਰ ਮਤ ਡਰੋ ਕੀ ਉਹ ਕਹਿ ਰਿਹਾ ਜੇਕਰ ਕੋਈ ਜਨਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਕਹੇ ਤਾਂ ਉਸ ਨੂੰ ਮਾਫੀ ਮਿਲ ਸਕਦੀ ਹੈ ਪਰ ਜੇਕਰ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕਫਰ ਤੋਲੇ ਤਾਂ ਉਸ ਨੂੰ ਮਾਫੀ ਕਦੀ ਨਹੀਂ ਮਿਲ ਸਕਦੀ ਆਉਣ ਵਾਲੇ ਦਿਨਾਂ 'ਚ ਇਸ ਦਾ ਮਤਲਬ ਦੇਖਾਂਗੇ ਜਦੋਂ ਕੋਈ ਤੁਹਾਨੂੰ ਫੜ ਕੇ ਸੁਭਾਵਾਂ ਪ੍ਰਬੰਧਕਾਂ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰਨ ਤੇ ਤੁਸੀਂ ਚਿੰਤਾ ਨਾ ਕਰਨਾ ਔਰ ਤੁਸੀਂ ਆਪਣੇ ਬਚਾਅ ਦੇ ਲਈ ਕੀ ਉੱਤਰ ਦਿਓਗੇ ਕਿਉਂਕਿ ਉਸੇ ਘੜੀ ਪਵਿੱਤਰ ਆਤਮਾ ਤੁਹਾਨੂੰ ਦੱਸ ਦੇਵੇਗੀ ਕਿ ਤੁਸਾਂ ਨੂੰ ਕੀ ਕਹਿਣਾ ਹੈ ਇਸ ਚੀਜ਼ ਦੀ ਪ੍ਰਵਾਹ ਨਾ ਕਰੋ ਪਵਿੱਤਰ ਆਤਮਾ ਜੋ ਸਾਨੂੰ ਦਿੱਤਾ ਗਿਆ ਆ ਉਹ ਇਸ ਕਰਕੇ ਦਿੱਤਾ ਗਿਆ ਆ ਕਿ ਜਦ ਅਸੀਂ ਕਿਤੇ ਜਾਣੇ ਆ ਤੇ ਪ੍ਰਭੂ ਦਾ ਸੁਭ ਸਮਾਚਾਰ ਦਾ ਪ੍ਰਚਾਰ ਕਰਦੇ ਆ ਤੇ ਉਹ ਸਾਡੀ ਬੁੱਧ ਆ ਉਹ ਸਾਡੀ ਤਾਕਤ ਆ ਤੇ ਉਹ ਸਾਡਾ ਸ਼ਬਦ ਆ ਇਹਦਾ ਕੋਈ ਮਤਲਬ ਨਹੀਂ ਕਿ ਅਸੀਂ ਕਿੱਦਾਂ ਦੇ ਆ ਲੋਕਾਂ ਦੇ ਵਿਚਕਾਰ ਬੈਠੇ ਆਂ ਔਰ ਪ੍ਰਭੂ ਦੇ ਨਾਮ ਦਾ ਬਾਰੇ ਦੱਸ ਦੇ ਪਾਈ ਆਂ ਇਸ ਚੀਜ਼ ਤੋਂ ਨਾ ਡਰੋ ਕਿ ਮੈਂ ਕੀ ਕਹੂੰਗਾ ਕੀ ਦੱਸੂੰਗਾ ਇਹ ਇਨਸਾਨ ਨੂੰ ਬੜਾ ਡਰ ਹੁੰਦਾ ਕਹਿੰਦਾ ਇਸ ਚੀਜ਼ ਤੋਂ ਨਾ ਡਰੋ ਪਵਿੱਤਰ ਆਤਮਾ ਖੁਦ ਤੁਹਾਨੂੰ ਦੱਸੇਗਾ ਕੀ ਕਹਿਣਾ ਪਵਿੱਤਰ ਆਤਮਾ ਖੁਦ ਤੁਹਾਨੂੰ ਦੱਸੇਗਾ ਤੁਸੀਂ ਕੀ ਬੋਲਣਾ ਉਹ ਤੁਹਾਨੂੰ ਖੁਦ ਦੱਸੇਗਾ ਕਿ ਮੈਂ 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 ਤੁਸੀਂ ਇਸ ਵਕਤ ਕੀ ਕਹਿਣਾ ਮੇਰੇ ਨਾਲ ਇੱਕ ਭੈਣ ਦੀ ਜ਼ਿੰਦਗੀ ਨੂੰ ਦੇਖੋ ਮੋਰਲੇ ਪਾਸੋਂ ਪਹਿਲੇ 2 ਪੇਜ ਇਦਾਂ ਨਗਾ ਲਓ ਚੌਥਾ ਚੈਪਟਰ ਆ ਜਿਹਹੁਨਾ ਦਾ ਇੱਕ ਸਾੰਮਰੀ ਔਰਤ ਦੀ ਕਥਾ ਆ ਉੱਥੇ ਔਰ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆਈ ਹ ਆ ਪ੍ਰਭੂ ਯਿਸੂ ਮਸੀਹ ਐਸ ਵੇਲੇ ਯਹੂਦੀਆਂ ਦੇ ਵਿੱਚੋਂ ਪ੍ਰਚਾਰ ਕਰਕੇ ਉੱਥੋਂ ਦੀ ਨੰਗਦੇ ਪਏ ਆ ਸਾਮਰੀਆ ਦੇ ਵਿੱਚੋਂ ਲੋਕ ਨਹੀਂ ਸੀ ਜਾਣਦੇ ਹੁੰਦੇ ਕਿਉਂਕਿ ਜਿਹੜੇ ਸਾਮਰੀ ਲੋਕ ਸੀਗੇ ਉਹ ਯਹੂਦੀਆਂ ਨੂੰ ਯਹੂਦੀਆਂ ਨੂੰ ਬਹੁਤ ਹੀ ਬੁਰਾ ਗਿਣਦੇ ਸੀ ਲੇਕਿਨ ਆਓ ਅਸੀਂ ਉਧਰਲੇ ਪਾਸੇ ਆਸ ਵੇਲੇ ਨਹੀਂ ਜਾਣਾ ਲੇਕਿਨ ਅਸੀਂ ਇਹ ਦੇਖਦੇ ਕਿ ਦੁਪਹਿਰ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਹਿੰਦੁਸਤਾਨ ਦੀ ਮਈ ਜੂਨ ਦੀ ਦੁਪਹਿਰ ਪਤਾ ਉਸ ਨੂੰ ਦੋ ਗੁਣਾ ਕਰ ਲਓ ਮਿਡਲ ਈਸਟ ਦੇ ਵਿੱਚ ਇੰਨੀ ਗਰਮੀ ਪੈਂਦੀ ਆ ਦੁਪਹਿਰ ਦਾ ਸਮਾਂ ਸੀ ਔਰ ਪ੍ਰਭੂ ਯਸੂ ਉਸ ਇਲਾਕੇ ਦੇ ਵਿੱਚੋਂ ਦੀ ਨੰਗੇਰਕ ਖੂਹ ਦੇ ਉੱਤੇ ਉਹ ਬੈਠੇ ਆ ਔਰ ਇੱਕ ਔਰਤ ਦੁਪਹਿਰ ਨੂੰ ਪਾਣੀ ਭਰਨ ਆਈ ਆ ਔਰ ਸਾਨੂੰ ਪਤਾ ਸਾਨੂੰ ਹਿੰਦੁਸਤਾਨ ਤੋਂ ਹੀ ਪਤਾ ਕਿ ਔਰਤਾਂ ਨਾ ਸਵੇਰ ਨੂੰ ਜਾਂ ਸਵੇਰ ਨੂੰ ਪਾਣੀ ਭਰਨ ਜਾਂਦੀਆਂ ਹੁੰਦੀਆਂ ਸੀਗੀਆਂ ਜਾਂ ਸ਼ਾਮ ਨੂੰ ਦੁਪਹਿਰ ਨੂੰ ਕੋਈ ਨਹੀਂ ਸੀ ਪਾਣੀ ਭਰਨ ਜਾਂਦਾ ਗਰਮੀ ਹੁੰਦੀ ਉਸਾਦ ਉਸ ਔਰਤ ਨੇ ਆਪਣੇ ਆਪ ਨੂੰ ਇੰਨਾ ਕੱਲਾ ਕੀਤਾ ਇੰਨਾ ਉੱਟਟ ਚੁੱਕੀ ਆ ਔਰ ਅਸੀਂ ਇਸ ਕਥਾ ਦੇ ਵਿੱਚ ਦੇਖਾਂਗੇ ਕਿਉਂ ਔਰ ਲੇਕਿਨ ਅਸੀਂ ਜਿਸ ਵੇਲੇ ਜਿਸ ਵੇਲੇ 7ਵੀਂ ਆਇਤ ਦੇ ਵਿੱਚ ਆਉਨੇ ਆ 7ਵੀਂ ਚੌਥਿਆ ਪਾਵੋ ਦੀ 7ਵੀਂ ਆਇਤ ਨੂੰ ਦੇਖੋ ਕਹਿੰਦਾ ਉੱਥੇ ਇੱਕ ਸਾੰਮਰੀ ਔਰਤ ਪਾਣੀ ਭਰਨ ਦੇ ਲਈ ਆਈ ਯਸੂ ਨੇ ਉਸ ਨੂੰ ਕਿਹਾ ਮੈਨੂੰ ਪਾਣੀ ਪਿਲਾ ਉਹਨਾਂ ਦੇ ਚੇਲੇ ਸ਼ਹਿਰ ਦੇ ਵਿੱਚ ਭੋਜਨ ਮੁੱਲ ਲੈ ਮੁੱਲ ਲੈਣ ਗਏ ਹੋਏ ਸਨ ਉਸ ਸਾਮਰੀ ਔਰਤ ਨੇ ਯਿਸੂ ਨੂੰ ਕਿਹਾ ਮੈਂ ਸਾਮਰੀ ਔਰਤ ਹਾਂ ਤੇ ਤੂੰ ਯਹੂਦੀ ਹੈਂ ਫਿਰ ਤੂੰ ਮੇਰੇ ਕੋਲੋਂ ਪਾਣੀ ਕਿਉਂ ਮੰਗ ਰਿਹਾ ਹੈ ਕਿਉਂਕਿ ਯਹੂਦੀਆਂ ਤੇ ਸਾਮਰੀਆਂ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ ਸੀ ਯਿਸੂ ਨੇ ਉਸ ਨੂੰ ਕਿਹਾ ਜੇਕਰ ਤੂੰ ਜਾਣਦੀ ਹੁੰਦੀ ਕਿ ਪਰਮੇਸ਼ਰ ਦਾ ਮੁਫਤ ਵਰਦਾਨ ਕੀ ਹੈ ਅਤੇ ਜੋ ਤੇਰੇ ਤੋਂ ਪੀਣ ਦੇ ਲਈ ਪਾਣੀ ਮੰਗ ਰਿਹਾ ਹੈ ਉਹ ਕੌਣ ਹੈ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ ਆਰਥਨੇ ਕਿਹਾ ਸ਼੍ਰੀਮਾਨ ਜੀ ਤੁਹਾਡੇ ਕੋਲੋਂ ਕੋਈ ਪਾਣੀ ਕੋਈ ਕੋਈ ਚੀਜ਼ ਪਾਣੀ ਕੱਢਣ ਦੇ ਲਈ ਨਹੀਂ ਹੈ ਖੂ ਬਹੁਤ ਡੂੰਗਾ ਹੈ ਫਿਰ ਤੁਸੀਂ ਮੈਨੂੰ ਅੰਮ੍ਰਿਤ ਜਲ ਕਿੱਥੋਂ ਦੇਵੋਗੇ ਕੀ ਤੁਸੀਂ ਸਾਡੇ ਵੱਡੇ ਬਡੇਰੇ ਯਾਕੂਬ ਨਾਲੋਂ ਵੀ ਵੱਡੇ ਹੋ ਕੀ ਸਾਡੇ ਬਾਬਿਆਂ ਨਾਲੋਂ ਵੀ ਤੁਸੀਂ ਵੱਡੇ ਆ 13ਵੀਂ ਆਇਤ ਯਿਸੂ ਨੇ ਉਸਨੂੰ ਉੱਤਰ ਦਿੱਤਾ ਜੋ ਕੋਈ ਇਸ ਜਲ ਦੇ ਵਿੱਚੋਂ ਪੀਵੇਗਾ ਉਹ ਫਿਰ ਤਿਹਾਇਆ ਹੋਵੇਗਾ ਪਰ ਉਹ ਜਿਹੜਾ ਜਾਲਮ ਉਹ ਜਿਹੜਾ ਉਸ ਜਲ ਨੂੰ ਪੀਵੇਗਾ ਜੋ ਮੈਂ ਦੇਵਾਂਗਾ ਉਹ ਫਿਰ ਕਦੀ ਤਿਆਹਾ ਨਹੀਂ ਹੋਵੇਗਾ ਸਗੋਂ ਉਹ ਜਲ ਉਸ ਦੇ ਅੰਦਰੋਂ ਅਨੰਤ ਕਾਲ ਤੱਕ ਅੰਮ੍ਰਿਤ ਜਲ ਦਾ ਸੋਮਾ ਬਣ ਜਾਵੇਗਾ ਸੋਮਾ ਹੁੰਦਾ ਜਿਹੜਾ ਪਾਣੀ ਫੁੱਟਦਾ ਸੋਮਾ ਉਹਨੂੰ ਕਿਹੜੇ ਜਿਹੜਾ ਧਰਤੀ ਦੇ ਵਿੱਚੋਂ ਪਾਣੀ ਫੁੱਟਦਾ ਜਿਹੜਾ ਜਲ ਮੈਂ ਦੇਵਾਂਗਾ ਜਿਹੜਾ ਉਸ ਜਲ ਨੂੰ ਪੀਵੇਗਾ ਉਸ ਦੇ ਅੰਦਰੋਂ ਜਲ ਦੀਆਂ ਅੰਮ੍ਰਿਤ ਜਲ ਦੀਆਂ ਸੋਮੇ ਫੁੱਟਣਗੇ ਅਸੀਂ ਇਹ ਚੀਜ਼ ਜਾਣਦੇ ਆ ਅੰਮ੍ਰਿਤ ਪੀਣ ਵਾਲਾ ਅਮਰ ਹੋ ਜਾਂਦਾ ਕਿ ਨਹੀਂ ਇਹ ਕਹਿੰਦੇ ਨਾ ਆਪਾਂ ਅੰਮ੍ਰਿਤ ਮੁਕਤੀ ਦਾ ਜਲ ਜਿਹੜਾ ਜਲ ਉਹ ਮੈਂ ਉਹ ਪੀਵੇਗਾ ਜਿਹੜਾ ਸੋਮਾ ਉਹਦੇ ਅੰਦਰੋਂ ਫੁੱਟਣਗੇ ਅੱਗੇ ਤੁਸੀਂ ਦੇਖੋ ਕਹਿੰਦਾ ਯਸੂ ਨੇ ਉਸ ਔਰਤ ਨੇ ਫਿਰ ਉਹਨੂੰ ਕਹਿੰਦੀ ਹੈ ਕਿ ਇਹ ਅੰਮ੍ਰਿਤ ਜਲ ਤੂੰ ਮੈਨੂੰ ਦੇ ਦੇ ਤਾਂ ਕਿ ਮੈਨੂੰ ਬਾਰ-ਬਾਰ ਇੱਥੇ ਨਾ ਆਉਣਾ ਪਵੇ 16ਵੀਂ ਆਇਤ ਦੇ ਵਿੱਚ ਯਿਸੂ ਨੇ ਉਸਨੂੰ ਕਿਹਾ ਜਾ ਆਪਣੇ ਪਤੀ ਨੂੰ ਸੱਦ ਕੇ ਲਿਆ ਔਰਤ ਨੇ ਉਸਨੂੰ ਉੱਤਰ ਦਿੱਤਾ ਮੇਰਾ ਪਤੀ ਨਹੀਂ ਹੈ ਯਿਸੂ ਨੇ ਕਿਹਾ ਤੂੰ ਠੀਕ ਉੱਤਰ ਦਿੱਤਾ ਹੈ ਮੇਰਾ ਪਤੀ ਨਹੀਂ ਹੈ ਤੂੰ ਪੰਜ ਪਤੀ ਕਰ ਚੁੱਕੀ ਹੈ ਜਿਸ ਆਦਮੀ ਦੇ ਨਾਲ ਤੂੰ ਹੁਣ ਰਹਿੰਦੀ ਹੈ ਉਹ ਵੀ ਤੇਰਾ ਪਤੀ ਨਹੀਂ ਹੈ ਔਰ ਤੂੰ ਸੱਚ ਬੋਲਿਆ ਹੈ ਔਰਤ ਬੋਲੀ ਸ਼੍ਰੀਮਾਨ ਜੀ ਤੁਸੀਂ ਤਾਂ ਨਵੀ ਹੋ ਕੁਝ ਤਾਂ ਜਾਣੀ ਜਾਣ ਆਪਣੇ ਤੋਂ ਗੱਲ ਹਟਾ ਕੇ ਤੁਸੀਂ ਦੇਖਿਆ ਜਿਸ ਵੇਲੇ ਕੋਈ ਤੁਹਾਡੀ ਨਖੇਦੀ ਕਰ ਰਿਹਾ ਹੋਵੇ ਨਾ ਤੁਸੀਂ ਉਲਟਾ ਕੇ ਉਸ ਬੰਦੇ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿਓ ਗੱਲ ਬਦਲ ਜਾਂਦੀ ਹੈ ਕਿਉਂਕਿ ਹਰੇਕ ਬੰਦਾ ਪ੍ਰਸ਼ੰਸਾ ਮੰਗਦਾ ਸੋ ਇਥੇ ਸਾਨੂੰ ਪਤਾ ਲੱਗਦਾ ਕਿ ਔਰਤ ਸਮਾਰਟ ਆਓ ਜਸਤਾ ਉਸਨੇ ਦੇਖਿਆ ਕਿ ਹੁਣ ਇਹ ਜਿਹੜੇ ਪਾਸੇ ਨੂੰ ਜਾ ਰਿਹਾ ਇਹ ਮੇਰੀ ਨਖੇਦੀ ਹੋਣੀ ਆ ਉਹਨੇ ਉਹਦਾ ਉਲਟਾ ਕੇ ਉਹਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ ਤੂੰ ਤਾਂ ਨਵੀਂ ਆ ਤੂੰ ਤਾਂ ਜਾਣੀ ਜਾਣ ਪਰ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਛੱਡਿਆ ਨਹੀਂ ਕਹਿੰਦਾ ਸਾਡੇ ਪੁਰਖਿਆਂ ਨੇ ਕਿਹਾ ਕਿ ਇਸ ਪਹਾੜ ਉੱਤੇ ਆराधना ਕਰਨੀ ਚਾਹੀਦੀ ਹੈ ਪਰ ਤੁਸੀਂ ਕਹਿੰਦੇ ਹੋ ਯਰੂਸ਼ਲਮ ਵਿੱਚ ਉਹ ਥਾਂ ਹੈ ਜਿੱਥੇ ਆराधना ਕਰਨੀ ਚਾਹੀਦੀ ਹੈ ਗੱਲ ਹੀ ਬਦਲ ਦਿੱਤੀ ਉਹਨੇ ਆਪਣੇ ਤੋਂ ਗੱਲ ਲਾ ਕੇ ਇਹ ਸ਼ੁਰੂ ਕਰ ਦਿੱਤੀ ਕਿ ਅਸੀਂ ਸਾਮਰੀਆਂ ਸਾਨੂੰ ਆਪਣੇ ਬਾਬੇ ਮਿਲੇ ਤੁਸੀਂ ਯਹੂਦੀਆਂ ਤੁਹਾਨੂੰ ਆਪਣੇ ਬਾਬੇ ਮਿਲੇ ਤੁਹਾਡੇ ਬਾਬੇ ਆ ਕਹਿੰਦੇ ਆ ਸਾਡੇ ਬਾਬੇ ਆ ਕਹਿੰਦੇ ਆ ਉਹਨਾਂ ਗੱਲਾਂ ਵਿੱਚ ਉਹ ਲੈ ਗਈ ਉਹ ਕਹਿੰਦਾ ਨਾਂ ਜਿਹੜੇ ਤੁਹਾਡਿਆਂ ਬਾਬਿਆਂ ਨੇ ਕਹੀ ਆ ਉਹ ਪੂਰੀ ਹੋਣੀ ਤੇ ਨਾਂ ਜਿਹੜੀ ਸਾਡਿਆਂ ਬਾਬਿਆਂ ਨੇ ਕਹੀ ਆ ਉਹ ਪੂਰੀ ਹੋਣੀ ਆਖਰ ਦੇ ਵਿੱਚ ਗੱਲ ਪ੍ਰਭੂ ਦੀ ਪੂਰੀ ਹੋਣੀ ਪਰ ਉਹ ਯਸੂਅਸ ਨੂੰ ਉੱਤਰ ਦਿੰਦਾ ਕਹਿੰਦਾ ਬੀਬੀ ਇਹ ਸੱਚ ਮਨ ਕਿ ਉਹ ਸਮਾਂ ਆ ਰਿਹਾ ਹੈ ਜਦੋਂ ਨਾ ਤਾਂ ਤੁਸੀਂ ਇਸ ਪਹਾੜ ਉੱਤੇ ਤੇ ਨਾ ਜਰੂਸਲਮ ਵਿੱਚ ਪਿਤਾ ਦੀ ਇਰਾਦਨਾ ਕਰੋਗੇ ਤੁਸੀਂ ਸਾਮਰੀ ਇੱਥੇ ਇਰਾਦਨਾ ਕਰਦੇ ਹੋ ਜਿਸ ਨੂੰ ਤੁਸੀਂ ਜਾਣਦੇ ਨਹੀਂ ਹੋ ਅਸੀਂ ਯਹੂਦੀ ਉਸ ਦੀ ਇਰਾਦਨਾ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ ਕਿਉਂਕਿ ਮੁਕਤੀ ਸਾਡੇ ਯਹੂਦੀਆਂ ਵਿੱਚੋਂ ਹੈ ਉਹ ਸਮਾਂ ਆ ਰਿਹਾ ਹੈ ਸਗੋਂ ਆ ਚੁੱਕਾ ਹੈ ਜਦੋਂ ਸੱਚੇ ਇਰਾਦਕ ਪਿਤਾ ਦੀ ਆਰਾਧਨਾ ਸਚਾਈ ਅਤੇ ਆਤਮਾ ਦੇ ਨਾਲ ਕਰਨਗੇ ਕਿਉਂਕਿ ਪਿਤਾ ਇਹੋ ਜੈ ਆਰਾਧਕ ਨੂੰ ਹੀ ਚਾਹੁੰਦਾ ਹੈ ਪਰਮੇਸ਼ਵਰ ਆਤਮਾ ਹੈ ਇਸ ਲਈ ਜ਼ਰੂਰੀ ਹੈ ਕਿ ਉਸ ਦੇ ਆਰਾਧਕ ਆਤਮਾ ਅਤੇ ਸਚਾਈ ਦੇ ਨਾਲ ਉਸ ਦੀ ਆਰਾਧਨਾ ਕਰਨ ਔਰਤ ਕਹਿੰਦੀ ਮੈਂ ਜਾਣਦੀ ਹਾਂ ਕਿ ਮਸੀਹ ਅਰਥਾਤ ਪਰਮੇਸ਼ਰ ਦਾ ਅਭਿਸ਼ੇਕ ਕੀਤਾ ਹੋਇਆ ਆ ਰਿਹਾ ਹੈ ਜਦੋਂ ਉਹ ਆਏਗਾ ਤੇ ਸਾਨੂੰ ਸਭ ਕੁਝ ਸਿਖਾਏਗਾ ਯਿਸੂ ਨੇ ਉਸਨੇ ਕਿਹਾ ਮੈਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ ਉਹ ਹੀ ਹਾਂ ਉਸ ਸਮੇਂ ਤੱਕ ਯਸੂ ਦੇ ਚੇਲੇ ਵੀ ਉੱਥੇ ਆ ਗਏ ਉਹਨਾਂ ਨੂੰ ਦੇਖ ਕੇ ਯਸੂ ਇੱਕ ਔਰਤ ਦੇ ਨਾਲ ਗੱਲਾਂ ਕਰ ਰਹੇ ਹਨ ਬਹੁਤ ਹੈਰਾਨੀ ਹੋਈ ਪਰ ਕਿਸੇ ਨੇ ਯਸੂ ਨੂੰ ਪੁੱਛਿਆ ਨਹੀਂ ਕਿ ਉਹ ਕੀ ਚਾਹੁੰਦੇ ਹਨ ਤਾਂ ਉਹ ਔਰਤ ਜਿਸ ਦੇ ਨਾਲ ਉਹ ਔਰਤ ਨਾਲ ਉਹ ਕਿਉਂ ਗੱਲਾਂ ਕਰ ਰਹੇ ਹਨ ਪਰ ਉਹ ਔਰਤ ਆਪਣਾ ਪਾਣੀ ਬੜਾ ਘੜਾ ਉੱਥੇ ਹੀ ਛੱਡ ਕੇ ਸ਼ਹਿਰ ਦੇ ਵਿੱਚ ਵਾਪਸ ਆਈ ਅਤੇ ਲੋਕਾਂ ਨੂੰ ਕਹਿਣ ਲੱਗੀ ਆਓ ਇੱਕ ਆਦਮੀ ਨੂੰ ਦੇਖੋ ਜਿਸ ਨੇ ਸਭ ਕੁਝ ਸਭ ਕੁਝ ਮੈਨੂੰ ਦੱਸ ਦਿੱਤਾ ਹੈ ਜੋ ਮੈਂ ਕੀਤਾ ਸੀ ਅਤੇ ਕਿਤੇ ਇਹ ਇਹੀ ਤਾਂ ਸੀ ਨਹੀਂ ਲੋਕੀਂ ਸ਼ਹਿਰ ਦੇ ਵਿੱਚੋਂ ਨਿਕਲੇ ਅਤੇ ਯਸੂਦੇ ਕੋਲ ਆਉਣ ਲੱਗੇ ਵਾਟ ਹੈਪਨ ਹੇਅਰ ਇੱਥੇ ਕੀ ਹੋਇਆ ਇਹ ਆਰਥ ਡਿਪਰੈਸਟ ਇਹ ਡਿਪਰੈਸ਼ਨ ਦੀ ਸ਼ਿਕਾਰ ਆ ਪੰਜ ਆਦਮੀਆਂ ਨੇ ਇਹਨੂੰ ਧੋਖਾ ਦਿੱਤਾ ਹੈ ਛੇ ਮਾ ਜਿਹਦੇ ਨਾਲ ਰਹਿ ਰਹੀ ਉਹ ਵੀ ਇਹਦਾ ਪਤੀ ਨਹੀਂਗਾ ਲੋਕ ਇਹਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਆ ਲੋਕ ਇਹਨੂੰ ਕਹਿੰਦੇ ਤੂੰ ਆ ਕੀਤਾ ਤੂੰ ਉਹ ਕੀਤਾ ਸਾਰੀ ਉਮਰ ਇਸਨੇ ਆਪਣੇ ਆਪ ਨੂੰ ਪ੍ਰੋਟੈਕਟ ਕੀਤਾ ਮੇਰੀ ਗਲਤੀ ਨਹੀਂ ਉਹਨਾਂ ਲੋਕਾਂ ਦੀ ਗਲਤੀ ਹੈ ਤੁਹਾਡੀ ਗਲਤੀ ਹੈ ਤੁਸੀਂ ਗਲਤ ਆ ਤੁਸੀਂ ਸਾਰੇ ਕਹਿਣ ਵਾਲੇ ਗਲਤ ਆ ਕਹਿਣ ਦਾ ਮਤਲਬ ਕਿ ਸਾਰਿਆਂ ਦੇ ਨਾਲ ਇਹਨੇ ਇੱਕ ਝਗੜਾ ਕੀਤਾ ਆ ਜਿਹੜਾ ਇਹ ਕਿਸੇ ਦੇ ਨਾਲ ਮਿਲਣਾ ਬੈਠਣਾ ਵੀ ਨਹੀਂ ਮੰਗਦੀ। ਉਸ ਪਾਣੀ ਦੇ ਜਲ ਨੇ ਕੀ ਕਰ ਦਿੱਤਾ ਇਹ ਚੀਜ਼ ਮੈਨੂੰ ਹਮੇਸ਼ਾ ਹੈਰਾਨ ਕਰਦੀ ਆ। ਪ੍ਰਭੂ ਯਿਸੂ ਮਸੀਹ ਨੇ ਇਸ ਨੂੰ ਕੋਈ ਬਾਈਬਲ ਦੀ ਡਾਕਟਰ ਨਹੀਂ ਸਿਖਾਈ। ਕੋਈ ਬਾਈਬਲ ਦੀਆਂ ਗਹਿਰੀਆਂ ਗਹਿਰੀਆਂ ਚੀਜ਼ਾਂ ਨਹੀਂ ਸਿਖਾਈਆਂ। ਬਲਕਿ ਉਸਨੇ ਮੁਕਤੀਦਾਇਕ ਤੁਬਕਾ ਉਹਦੇ ਹੱਥ ਦੇ ਉੱਤੇ ਪਾ ਦਿੱਤਾ। ਸਭ ਸਮਾਚਾਰ ਦਾ ਇੱਕ ਤੁਬਕਾ ਉਹਦੇ ਹੱਥ ਦੇ ਉੱਤੇ ਪਾ ਦਿੱਤਾ ਕਿ ਮੈਂ ਆ ਗਿਆ। ਮੈਂ ਆ ਗਿਆ ਜਿਹੜਾ ਤੈਨੂੰ ਮੁਕਤੀ ਦਊਗਾ ਮੈਂ ਆ ਗਿਆ ਜਿਹੜਾ ਜਾਣਦਾ ਤੂੰ ਕੀ ਕੀਤਾ ਆ ਤੂੰ ਮੈਂ ਆ ਗਿਆ ਜਿਹਨੇ ਤੈਨੂੰ ਧੋਣਾ ਤੇ ਤੈਨੂੰ ਸਾਫ਼ ਕਰਨਾ ਉਹ ਮੈਂ ਆ ਜਿਹਦੇ ਲਾਗੇ ਤੂੰ ਬੈਠੀ ਆ ਤੂੰ ਮੈਨੂੰ ਤਾਂ ਮੰਗਦੀ ਤਾਂ ਮੈਂ ਤੈਨੂੰ ਜ਼ਰੂਰ ਦਿੰਦਾ ਦੁਪਹਿਰ ਦਾ ਵੇਲਾ ਆ ਮetzen ਦੇ ਅਨੁਸਾਰ ਆਪਣਾ ਕੜਾ ਉੱਥੇ ਹੀ ਛੱਡਿਆ ਪਾਣੀ ਲੈਣ ਆਈ ਹੂਗਾ। ਅਤਿਅੰਤ ਧੁੱਪਾ ਲੋਕ ਆਪਣੇ ਘਰਾਂ ਦੇ ਅੰਦਰ ਬੜਿਓ ਧੁੱਪ ਦੇ ਕਾਰਨ ਲੋਕਾਂ ਦੇ ਦਰਵਾਜ਼ੇ ਖੜਕਾਉਂਦੀ ਫਿਰਦੀ ਆ ਕਿ ਉਹਨੇ ਮੈਨੂੰ ਦੱਸ ਦਿੱਤਾ ਮੈਂ ਕੀ ਕੀਤਾ। ਇੱਕ ਸਮਾਂ ਕਿ ਲੋਕਾਂ ਦੇ ਕੋਲੋਂ ਆਪਣਾ ਪਾਪ ਲੁਕਾਉਂਦੀ ਫਿਰਦੀ ਆ। ਦੇਖੋ ਨੇ ਕਹਾ ਸਾ ਸਮਾਂ ਕਿ ਉਹ ਦੱਸਦੀ ਕਿ ਇੱਕ ਆ ਗਿਆ ਜਿਹਨੇ ਮੈਨੂੰ ਦੱਸ ਦਿੱਤਾ ਕਿ ਮੈਂ ਕੀ ਕੀਤਾ ਮੈਂ ਕੀ ਕੀਤਾ ਕੀ ਪ੍ਰਭੂ ਯਸੂ ਨੇ ਇਹਨੂੰ ਕਰ ਦਿੱਤਾ ਉਹਦਾ ਪਤੀ ਵੀ ਉਹਦਾ ਨਹੀਂ ਹੋਇਆ ਹਾਲੇ ਅਗਰ ਪਿੱਛਾ ਮੁੜ ਕੇ ਦੇਖੀਓ ਤਾਂ ਹਾਲੇ ਵੀ ਪੰਜ ਪਤੀਆਂ ਦੀ ਛੱਡੀ ਹੋਆ ਹਾਲਾਤ ਤਾਂ ਉਹਦੇ ਉਹੀ ਆ ਪ੍ਰਭੂ ਨੇ ਕੀ ਕਰ ਦਿੱਤਾ ਉਹਦੀ ਹਾਲਤ ਬਦਲ ਦਿੱਤੀ ਅੰਦਰ ਦੀ ਉਹਨੇ ਉਸ ਨੂੰ ਬਦਲ ਦਿੱਤਾ ਉਸ ਨੂੰ ਆਪਣੇ ਉਸ ਪਵਿੱਤਰ ਆਤਮਾ ਦੇ ਜਲ ਦੇ ਨਾਲ ਜਿਸ ਨੂੰ ਕਿਹਾ ਗਿਆ ਕਿ ਪਵਿੱਤਰ ਆਤਮਾ ਦਾ ਜਲ ਉਹਦੇ ਅੰਦਰ ਉਸਨੇ ਪਾ ਦਿੱਤਾ ਤੇ ਉਸ ਸੋਮੇ ਫੁੱਟਦੇ ਪਏ ਆ ਔਰ ਦਰਵਾਜ਼ੇ ਖੜਕਾਉਂਦੀ ਪਈ ਆ ਔਰ ਜਦੋਂ ਉਹਨੇ ਕਿਹਾ ਕਿ ਜਦ ਉਹ ਪੀਏਗੀ ਤਾਂ ਤੇਰੇ ਅੰਦਰੋਂ ਸੋਮੇ ਫੁੱਟਣਗੇ ਔਰ ਉਹ ਸੋਮੇ ਫੁੱਟਦੇ ਪਏ ਆ ਔਰ ਜਾ ਕੇ ਉਹ ਪਿੰਡ ਦੇਆਂ ਲੋਕਾਂ ਨੂੰ ਦੱਸਦੀ ਪਈ ਆ ਔਰ ਜਿਸ ਲਈ ਅਸੀਂ 39ਵੀਂ ਆਇਤ ਦੇ ਵਿੱਚ ਆਉਨੇ ਆ ਤੇ ਦੇਖੋ ਕੀ ਹੁੰਦਾ ਪਿਆ ਆ ਇਧਰਲੇ ਪਾਸੇ 39ਵੀਂ ਆਇਤ ਉਹ ਸ਼ਹਿਰ ਦੇ ਲੋਕੀ ਸਾਰੇ ਸਾੰਮਰੀ ਲੋਕਾਂ ਨੇ ਯਸੂ ਦੇ ਉੱਤੇ ਉਸ ਔਰਤ ਦੀ ਗਵਾਹੀ ਨੂੰ ਸੁਣ ਕੇ ਵਿਸ਼ਵਾਸ ਕੀਤਾ ਜਿਸ ਨੇ ਕਿਹਾ ਸੀਗਾ ਕਿ ਉਸ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ ਜੋ ਮੈਂ ਕੀਤਾ ਹੈ ਉਹ ਸਾਮਰੀ ਯਸੂਦੇ ਕੋਲ ਆਏ ਅਤੇ ਬੇਨਤੀ ਕਰਨ ਲੱਗੇ ਕਿ ਉਹਨਾਂ ਦੇ ਨਾਲ ਰਹਿਣ ਯਸੂ ਉਹਨਾਂ ਦੇ ਨਾਲ 2 ਦਿਨ ਰਹੇ ਬਹੁਤ ਸਾਰੇ ਹੋਰ ਸਾੰਮਰੀਆਂ ਦੇ ਦੇ ਰਹਿਣ ਵਾਲੇ ਲੋਕਾਂ ਵਾਲਿਆਂ ਨੇ ਵੀ ਯਸੂ ਦੇ ਵਚਨ ਸੁਣ ਕੇ ਉਹਨਾਂ ਤੇ ਵਿਸ਼ਵਾਸ ਕੀਤਾ ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ ਹੁਣ ਅਸੀਂ ਨਿਰਾ ਤੇਰੇ ਕਹਿਣ ਤੇ ਵਿਸ਼ਵਾਸ ਨਹੀਂ ਕਰਦੇ ਹਾਂ ਸਗੋਂ ਅਸੀਂ ਆਪ ਉਹਨਾਂ ਨੂੰ ਉਹਨਾਂ ਨੂੰ ਸੁਣਿਆ ਹੈ ਅਤੇ ਜਾਣਦੇ ਹਾਂ ਕਿ ਉਹ ਹੀ ਸੰਸਾਰ ਦੇ ਸੱਚੇ ਮੁਕਤੀ ਦਾਤਾ ਹਨ ਉਹ ਹੀ ਔਰਤ ਆ ਨਾ ਔਰ ਪ੍ਰਭੂ ਇਹੋ ਹੀ ਸਾਡੀ ਜ਼ਿੰਦਗੀ ਦੇ ਵਿੱਚ ਕੰਰਨਾ ਮੰਗਦਾ ਜਿਹੜਾ ਸਾਡੀ ਜ਼ਿੰਦਗੀ ਦਾ ਹਿੱਸਾ ਕੁੜਤਨ ਦੇ ਨਾਲ ਡਰਾਂ ਦੇ ਨਾਲ ਵਹਿਮਾਂ ਦੇ ਨਾਲ ਪਰਮਾਂ ਦੇ ਨਾਲ ਭਰਿਆ ਪਿਆਸੀ ਪ੍ਰਭੂ ਯਿਸੂ ਮਸੀਹ ਉਸੇ ਹਿੱਸੇ ਨੂੰ ਲੈਣਾ ਮੰਗਦਾ ਉਸੇ ਹਿੱਸੇ ਨੂੰ ਆਪਣੇ ਪਵਿੱਤਰ ਜਲ ਦੇ ਨਾਲ ਧੋ ਕੇ ਤੇ ਉਹਦੇ ਵਿੱਚ ਆਪਣਾ ਪਵਿੱਤਰ ਜਲ ਭਰਨਾ ਮੰਗਦਾ ਔਰ ਉਹਦੇ ਵਿੱਚੋਂ ਇੱਕ ਐਸੇ ਚਸ਼ਮੇ ਫੁੱਟਣਗੇ ਕਿ ਤੁਸੀਂ ਉਹ ਜਲ ਨੂੰ ਲੈ ਲੈ ਕੇ ਦੂਜਿਆਂ ਤੱਕ ਜਾਵੋਗੇ ਮੇਰੇ ਪਿਆਰੇ ਪੈਣ ਪਿਆਣੋ ਤੇ ਪ੍ਰਾਉ ਪਵਿੱਤਰ ਆਤਮਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਕੰਮ ਕਰਦਾ ਜਦ ਇਨਸਾਨ ਦੀ ਜ਼ਿੰਦਗੀ 'ਚ ਪਵਿੱਤਰ ਆਤਮਾ ਆਉਂਦਾ ਨਾ ਤੇ ਉਹ ਜੀਵਨ ਦਾ ਜਲ ਦਾ ਉਹ ਸੋਮਾ ਉਹ ਜੀਵਨ ਦੇ ਜਲ ਦਾ ਉਹ ਸੋਮਾ ਆ ਜਿਹੜਾ ਦੂਸਰੇ ਮਰਨ ਵਾਲਿਆਂ ਜਿਹੜੇ ਪਿਆਸ ਦੇ ਨਾਲ ਮਰਦੇ ਪਏ ਆ ਉਹਨਾਂ ਦੀ ਪਿਆਸ ਪਤਾਉਂਦਾ ਪ੍ਰਭੂ ਯਿਸੂ ਮਸੀਹ ਨਿਰਾਧਪੁਰਾ ਤੁਹਾਨੂੰ ਹੀ ਆਪਣੀ ਜ਼ਿੰਦਗੀ ਦੇ ਲਈ ਨਹੀਂ ਵਰਤਣਾ ਮੰਗਦਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਮਿਰਕਲ ਨਹੀਂ ਕਰਨੇ ਮੰਗਦਾ ਕੋਈ ਜਾਦੂਗਰ ਨਹੀਂਗਾ ਉਹ ਤੁਹਾਡਾ ਬਾਬਾ ਬਣ ਕੇ ਨਹੀਂ ਬਹਿਣਾ ਮੰਗ ਬਣਨਾ ਮੰਗਦਾ ਪਰ ਉਹ ਯਸੂਸ ਮਸੀਹ ਤੁਹਾਡੀ ਜ਼ਿੰਦਗੀ ਨੂੰ ਉਪਯੋਗ ਕਰਨਾ ਮੰਗਦਾ ਕਿ ਜਿਸ ਦੇ ਨਾਲ ਤੁਸੀਂ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਬਣੋ। ਉਹਨਾਂ ਲੋਕਾਂ ਦੀ ਗਵਾਹੀ ਪਤਾ ਕੀ ਸੀ ਉਹ ਸਾੰਮਰੀ ਲੋਕਾਂ ਦੀ। ਕਹਿੰਦਾ ਉਹਨਾਂ ਨੇ ਉਹਦੀ ਇਹ ਗੱਲ ਸੁਣੀ ਕਿ ਇਹਨੇ ਮੈਨੂੰ ਦੱਸ ਦਿੱਤਾ ਕਿ ਮੈਂ ਕੀ ਕੀਤਾ। ਇੱਕ ਸਮਾਸੀ ਉਹ ਸਾਰੀਆਂ ਗੱਲਾਂ ਤੋਂ ਲੁਕੌਂਦੀ ਸੀ ਆਪਣੇ ਆਪ ਨੂੰ। ਉਸਨੇ ਕਿਹਾ ਜਿਸ ਬੰਦੇ ਨੇ ਇਹਦੀ ਜ਼ਿੰਦਗੀ ਬਦਲ ਦਿੱਤੀ ਉਹ ਸਾਡੀ ਵੀ ਬਦਲ ਦਏਗਾ ਇਸ ਚੀਜ਼ ਦੀ ਉਮੀਦ ਰੱਖੋ ਇਸ ਚੀਜ਼ ਤੋਂ ਨਾ ਡਰੋ ਕਿ ਅੱਜ ਲੋਕਾਂ ਨੇ ਤੁਹਾਨੂੰ ਕੀ ਕਹਿਣਾ ਬਲਕਿ ਇਸ ਚੀਜ਼ ਦੀ ਉਮੀਦ ਰੱਖੋ ਕਿ ਇਹ ਜਿਹੜਾ ਬੰਦਾ ਕਹਿ ਰਿਹਾ ਇਹਨੂੰ ਕੱਲ ਨੂੰ ਤੁਹਾਡੀ ਜ਼ਰੂਰਤ ਆ ਉਹਦੇ ਨਾਲ ਰਿਸ਼ਤਾ ਖਰਾਬ ਨਾ ਕਰੋ ਉਹਨੂੰ ਪ੍ਰਭੂ ਯਸੂਦੇਵ ਦੀ ਜਰੂਰਤ ਆ ਪ੍ਰਭੂ ਯਸੂ ਤੋਂ ਬਗੈਰ ਉਸ ਬੰਦੇ ਨੂੰ ਮੁਕਤੀ ਨਹੀਂ ਮਿਲਣੀ ਖੁਦਾਬੰਦ ਤੁਹਾਡੀ ਜ਼ਿੰਦਗੀ ਚ ਆਪਣੀ ਆਤਮਾ ਭੇਜ ਕੇ ਤੁਹਾਨੂੰ ਪਵਿੱਤਰ ਜਲ ਦਾ ਸੋਮਾ ਬਣਾਉਣਾ ਮੰਗਦਾ ਕਿ ਦੂਸਰਿਆਂ ਤੱਕ ਵੀ ਪ੍ਰਭੂ ਦਾ ਵਚਨ ਜਾਏ ਅਗਲੇ ਹਫਤੇ ਅਸੀਂ ਇਹਨਾਂ ਹਿੱਸਿਆਂ ਨੂੰ ਹੋਰ ਖੋਲ ਕੇ ਦੇਖਾਂਗੇ ਔਰ ਖੁਦਾਬੰਦ ਦੀ ਬਰਕਤ ਇਹਨਾਂ ਤੋਂ ਹੋਰ ਪ੍ਰਾਪਤ ਕਰਾਂਗੇ ਪ੍ਰਭੂ ਮੇਰੀ ਜਿਹੜੀ ਬੇਨਤੀ ਹੈ ਇਹ ਹੈ ਅਸੀਂ ਜੋ ਸੀ ਉਹਨੂੰ ਪੁੱਲ ਜਾਈਏ। ਔਰ ਉਸ ਚਿੰਤਾਵਾਂ ਚੀਜ਼ਾਂ ਵੱਲ ਤੱਕਣ ਲੱਪਈਏ ਕਿ ਪ੍ਰਭੂ ਸਾਨੂੰ ਬਣਾ ਕੀ ਸਕਦਾ। ਉਹ ਸਾਨੂੰ ਬਣਾ ਕੀ ਸਕਦਾ। ਔਰ ਸਾਨੂੰ ਵਰਤ ਕਿਦਾਂ ਸਕਦਾ। ਲੈਡਸ ਪ੍ਰੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਆਂ ਤੇਰੀ ਦਇਆ ਤੇਰੇ ਰਹਿਮ ਤੇਰੇ ਪਿਆਰ ਦੇ ਲਈ। ਅੱਜ ਦਾ ਦਿਨ ਸੱਚਮੁੱਚ ਸਾਡੇ ਲਈ ਬਰਕਤ ਦਾ ਦਿਨ ਸੀ ਅਸੀਂ ਸੱਚਮੁੱਚ ਤੇਰੀ ਰਹਿਮ ਤੇਰੀ ਕਿਰਪਾ ਦੇਖੀ। ਸਾਡੇ ਭੈਣ ਭਰਾ ਸਾਡੇ ਵਿੱਚ ਆਏ ਖੁਦਾਵੰਦ ਇਸ ਵੇਲੇ ਉਹਨਾਂ ਦੇ ਸਫ਼ਰ ਆਪਣਾ ਜਾਰੀ ਕਰ ਲਿਆ ਤੋ ਉਹਨਾਂ ਦੇ ਨਾਲ ਹੋਈ ਉਹਨਾਂ ਨੂੰ ਵੀ ਬਰਕਤ ਦੇਈ ਅਸੀਂ ਜੋ ਇੱਥੇ ਬੈਠੇ ਆਂ ਤੇਰੀ ਹਜ਼ੂਰੀ ਸਾਡੇ ਨਾਲ ਹੁਣ ਬਣੀ ਰਹੀਂ ਪ੍ਰਭੂ ਜੀ ਤੇਰੇ ਕਰਚੋਂ ਇਹ ਪਵਿੱਤਰ ਜਲ ਅਸੀਂ ਲੈ ਕੇ ਜਾਈਏ ਜੋ ਜੀਵਨ ਜਲ ਦੀਆਂ ਧਾਰਾਂ ਸਾਡੇ ਤੋਂ ਬਣ ਜਾਏ ਇੱਥੋਂ ਜਾ ਕੇ ਖੁਦਾਵੰਦ ਅਸੀਂ 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 ਆਰਾਮ ਦੇ ਨਾਲ ਬੈਠਣ ਵਾਲੇ ਲੋਕ ਨਾ ਹੋਈਏ ਔਰ ਕਿਤੇ ਨਾ ਕਿਸੇ ਨਾ ਕਿਸੇ ਤੱਕ ਤੇਰਾ ਇਹ ਪਵਿੱਤਰ ਜਲ ਪਹੁੰਚਾਉਣ ਵਾਲੇ ਲੋਕ ਹੋਈਏ ਆਪਣੇ ਬੱਚਿਆਂ ਨੂੰ ਬਰਕਤ ਦੇ ਕਿ ਇਹ ਸਭ ਸਮਾਚਾਰ ਦੇ ਸੋਮੇ ਬਣ ਕੇ ਤੇਰੇ ਘਰੋਂ ਜਾਣ ਔਰ ਦੂਸਰੇਆਂ ਤੱਕ ਪਹੁੰਚਾਉਣ ਤੇਰੀ ਹਜ਼ੂਰੀ ਤੇਰੀ ਸ਼ਾਂਤੀ ਤੇਰਾ ਆਰਾਮ ਤੇਰਾ ਪਿਆਰ ਤੇਰੀ ਬਰਕਤ ਇਹਨਾਂ ਦੇ ਨਾਲ-ਨਾਲ ਜਾਏ ਜੋ ਕੋਈ ਅਸੀਂ ਇੱਥੇ ਬੈਠ ਕੇ ਖਾਵਾ ਪੀਵਾਂਗੇ ਗੱਲਬਾਤ ਕਰਾਂਗੇ ਉਹ ਸਭ ਦੇ ਵਿੱਚ ਤੇਰੀ ਬਰਕਤ ਬਣੀ ਰਹੇ ਪ੍ਰਭੂ ਯਸੂ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਹਾਂ ਔਰ ਸਾਰੀ ਸੰਗਤ ਕਹੇ ਆਮੀਨ ਪ੍ਰਭੂ ਦੀ ਸ਼ਾਂਤੀ ਉਸਦਾ ਆਰਾਮ ਔਰ ਉਸਦਾ ਪਿਆਰ ਤੁਹਾਡੇ ਸਭ ਦੇ ਨਾਲ ਨਾਲ ਜਾਏ ਬles you ਖੁਦਾਵੰਤਨ ਬਰਕਤ ਦੇ